ਸਰਦਾਰ ਕੁਲਵੰਤ ਜਗਰਾਉਂ ਦੀ ਕਾਵ ਪੁਸਤਕ ਹੈ ਸੱਚ ਦੇ ਸੰਮੁਖ ਸੱਚ ਦੇ ਸੰਮੁਖ ਹੋ ਕੇ ਮੇਰੇ ਮਨ ਤੋਂ ਮਣਾ ਮੋਹੀ ਬੋਝ ਲੈ ਗਿਆ ਹੈ ਤੇ ਹੁਣ ਮੈਂ ਹੌਲਾ ਫੁੱਲ ਹੋ ਗਿਆ ਹਾਂ ਪਹਿਲੀ ਕਵਿਤਾ ਅੱਖਰ ਸੱਚ ਤੇ ਸੋਚ ਸੰਵੇਦਨਾ ਤਾਰਨ ਜਦ ਵੀ ਰੂਪ ਸੱਚ ਤੇ ਸੋਚ ਸੰਵੇਦਨਾ ਤਾਰਨ ਜਦ ਵੀ ਰੂਪ ਅੱਖਰ ਉਹ ਬਣ ਜਾਂਦੇ ਸੁੰਦਰ ਅਮਰ ਅਨੂਪ ਅੱਖਰ ਵੰਡਦੇ ਦੋਸਤੀ ਤੇ ਮੋਦੀ ਖੁਸ਼ਬੂ ਅੱਖਰ ਚੰਨ ਦੀ ਚਾਨਣੀ ਸਰਗੀ ਦੀ ਲੋ ਬੋਲ ਵੀ ਹੋਣੇ ਰੰਗਲੇ ਮੂਹ ਪਿਜੇ ਜਜ਼ਬਾਤ ਮਿੱਤਰਾਂ ਤੱਕ ਨਹੀਂ ਪਹੁੰਚਦੇ ਬਣ ਅੱਖਰ ਸੋਗਾਤ ਲੇਖਕ ਆਪੋ ਆਪਣੇ ਅੱਖਰ ਦੇਣ ਦੇ ਬਾੜ ਜਾਵੇ ਨੇਰ ਦਾ ਫੁਕਿਆ ਸਾਰਾ ਹੀ ਫਿਰ ਜਾਲ ਅੱਖਰਾਂ ਦੇ ਵਿੱਚ ਰੌਸ਼ਨੀ ਤਾਕਤ ਬੇਹਿਸਾਬ ਅੱਖਰ ਹੀ ਬਣ ਜਾਂਉਂਦੇ ਕਿਦਰੀ ਲਾਲ ਕਿਤਾਬ ਪੱਖ ਦੇ ਅੱਖਰ ਜਦੋਂ ਵੀ ਅਮਲਾਂ ਵਿੱਚ ਟਲ ਜਾਣ ਫਲਟਣ ਯੁੱਗ ਮਜ਼ਦੂਰ ਨੂੰ ਹੱਕ ਉਦੋਂ ਬਣਾਉਣ ਜ਼ਬਰ ਤਾਨਾ ਸ਼ਾਨਾ ਸਕਦੇ ਅੱਖਰ ਮਾਰ ਅੱਖਰ ਡੇਗਣ ਉਹਨਾਂ ਨੂੰ ਉਲਟੇ ਮੂੰਹ ਦੇ ਪਾਰ ਅੱਖਰਾਂ ਦੇ ਵਿੱਚ ਗਿਆਨ ਹੈ ਅੱਖਰਾਂ ਦੇ ਵਿੱਚ ਨੂਰ ਅੱਖਰ ਹੈਂਕੜਵਾਜ਼ ਦਾ ਦਿਨ ਦੇ ਤੋੜ غرੂਰ ਅੱਖਰ ਹੀ ਤਲਵਾਰ ਨੇ ਅੱਖਰ ਹੀ ਨੇ ਢਾਲ ਕੌਮ ਜ਼ਿੰਦਾ ਰਹਿਣ ਜੋ ਅੱਖਰ ਲੈਣ ਸੰਭਾਲ ਅੱਖਰਾਂ ਦਾ ਸੰਦੇਸ਼ ਵੀ ਮਨ ਨੂੰ ਸੋਚ ਵਿਚਾਰ ਅੱਖਰਾਂ ਦਾ ਸੰਦੇਸ਼ ਵੀ ਮਨ ਨੂੰ ਸੋਚ ਵਿਚਾਰ ਅੰਧਵਿਸ਼ਵਾਸੀ ਨਾ ਬਣੋ ਜੀਵਨ ਦਾ ਸੱਚ ਸਾਰ ਅੱਖਰਾਂ ਦੇ ਵਿੱਚ ਫੈਸਲੇ ਅੱਖਰਾਂ ਵਿੱਚ ਫੁਰਮਾਨ ਅੱਖਰਾਂ ਵਿੱਚ ਕਾਨੂੰਨ ਹਨ ਅੱਖਰਾਂ ਵਿੱਚ ਸੰਵਿਧਾਨ ਅੱਖਰ ਲਿਖੀਏ ਸੋਚ ਕੇ ਕਰੀਏ ਕਦੇ ਨਾ ਭੁੱਲ ਦਿਵੇ ਸਕਦੇ ਬਾਲ ਜੋ ਕਰ ਸਕਦੇ ਉਹ ਗੁੱਲ ਅੱਖਰ ਗ੍ਰੰਥ ਕਤੇਬ ਹਨ ਅੱਖਰਾਂ ਵਿੱਚ ਵਿਗਿਆਨ ਅੱਖਰਾਂ ਸਦਕੇ ਪਹੁੰਚਿਆ ਚੰਨ ਉਤੇ ਇਨਸਾਨ ਅਖਰਾਂ ਸਦਕੇ ਪਹੁੰਚਿਆ ਚਨੁਕਤੇ ਇਨਸਾਨ ਤਨਵਾਦ ਦੂਸਰੀ ਕਵਿਤਾ ਹੈ ਮੈਂ ਤੇ ਮੇਰੀ ਕਵਿਤਾ ਤੁਸੀਂ ਹਜ਼ਾਰ ਵਾਰ ਮਿਲ ਕੇ ਵੀ ਤੁਸੀਂ ਹਜ਼ਾਰ ਵਾਰ ਮਿਲ ਕੇ ਵੀ ਮੈਨੂੰ ਬਹੁਤ ਘਟ ਜਾਣ ਸਕੋਗੀ ਪਰ ਮੇਰੀਆਂ ਕੁਝ ਕਵਿਤਾਵਾਂ ਪੜ ਕੇ ਹੀ ਮੇਰੇ ਬਾਰੇ ਬੜਾ ਕੁਝ ਜਾਣ ਜਾਓਗੇ ਬਚਪਨ ਵਿੱਚ ਮੈਂ ਆਪਣੇ ਮਾਪਿਆਂ ਉਸਤਾਦਾਂ ਤੋਂ ਬੜਾ ਕੁਝ ਪਾਉਂਦਾ ਰਿਹਾ ਹਾਂ ਵਿਆਹ ਪਿੱਛੋਂ ਆਪਣੀ ਪਤਨੀ ਤੋਂ ਮੈਨੂੰ ਬੜਾ ਕੁਝ ਲੁਕਾਉਣਾ ਪਿਆ ਹੈ ਬੜਾ ਕੁਝ ਲੁਕਾਇਆ ਹੈ ਮੈਂ ਆਪਣੇ ਦੋਸਤਾਂ ਮਹਿਬੂਬਾਂ ਤੋਂ ਹੁਣ ਲੁਕਾਉਣਾ ਪੈਂਦਾ ਹੈ ਬਹੁਤ ਕੁਝ ਆਪਣੇ ਬੱਚਿਆਂ ਤੇ ਉਹਨਾਂ ਦੇ ਬੱਚਿਆਂ ਤੋਂ ਪਰ ਮੈਂ ਆਪਣੀ ਕਵਿਤਾ ਤੋਂ ਕੁਝ ਵੀ છુપਾ ਨਹੀਂ ਸਕਦਾ ਇਹ ਮੇਰਾ ਤੀਤ ਵਰਤਮਾਨ ਤੇ ਖਾਸ਼ਾ ਅੱਤੇ ਮੇਰੀਆਂ ਸਭ ਨੀਕੀਆਂ ਬਦੀਆਂ ਜਾਣਦੀ ਹੈ ਮੇਰੇ ਮਨ ਸਾਗਰ ਦੀਆਂ ਤਿਆਂ 'ਚ ਜੋ ਕੁਝ ਵੀ ਬਹੁਤ ਡੂੰਗਾ ਡੁੱਬ ਚੁੱਕਾ ਹੈ ਮੇਰੀ ਕਵਿਤਾ ਤੁਹਾਨੂੰ ਉਹ ਵੀ ਵਿਖਾ ਸਕਦੀ ਹੈ ਤੁਸੀਂ ਮੇਰੀ ਕਵਿਤਾ ਚੋਂ ਹੀ ਮੈਨੂੰ ਪੂਰਾ ਵੇਖ ਸਕਦੇ ਹੋ ਤੁਸੀਂ ਮੇਰੀ ਕਵਿਤਾ ਚੋਂ ਹੀ ਮੈਨੂੰ ਪੂਰਾ ਵੇਖ ਸਕਦੇ ਹੋ ਧੰਨਵਾਦ ਤੀਸਰੀ ਕਵਿਤਾ ਮੇਰੀ ਪ੍ਰਤੀਬੱਧਤਾ ਮੈਂ ਕਿਸੇ ਵੀ ਧਰਮ ਪਾਰਟੀ ਜਾਂ ਵਾਦ ਪ੍ਰਤੀ ਪ੍ਰਤੀਬੰਧ ਨਹੀਂ ਹਾਂ ਮੈਂ ਕਿਸੇ ਵੀ ਧਰਮ ਪਾਰਟੀ ਜਾਂ ਵਾਦ ਪ੍ਰਤੀ ਪ੍ਰਤੀਬੰਧ ਨਹੀਂ ਹਾਂ ਮੇਰੀ ਪ੍ਰਤੀਬੱਧਤਾ ਤਾਂ ਕਿਰਤੀਆਂ ਕਾਮਿਆਂ ਮਜ਼ੂਰਾਂ ਸਿਰਜਕਾਂ ਲੇਟਾੜੇ ਤ੍ਰਿਸਕਾਰੀ शोषण दाशिकार अपनी हककां ਲਈ ਸੰਘਰਸ਼ ਕਰ ਰਏ ਲੋਕਾਂ ਨਾਲ ਹੈ ਮੰਤਰੀਆਂ ਲੀਡਰਾਂ ਵੇਲੜ ਬਾਬਿਆਂ ਤੋਂ ਮੈਂ ਕੀ ਲੈਣਾ ਹੈ ਪੌਣ ਪਾਣੀ ਧਰਤੀ ਤੇ ਪਰਬਤ ਨਦੀਆਂ ਚਸ਼ਮੀ ਝੀਲਾਂ ਸਾਗਰ ਰੁਕ ਫੁੱਲ ਬੂਟੇ ਜੀਵ ਜੰਤ ਤੇ ਵਣ ਤ੍ਰਿਣ ਸਭ ਮੇਰੇ ਹਨ ਇਸ਼ਟ ਦੇਵਤੇ ਲੈ ਸ਼ਬਦਾਂ ਦੇ ਅਸਤਰ ਸ਼ਸਤਰ ਇਹਨਾਂ ਦੇ ਹਰ ਦੁਸ਼ਮਣ ਨਾਲ ਮੈਂ ਯੁੱਧ ਕਰਨਾ ਹੈ ਲੈ ਸ਼ਬਦਾਂ ਦੇ ਅਸਤਰ ਸ਼ਸਤਰ ਇਹਨਾਂ ਦੇ ਹਰ ਦੁਸ਼ਮਣ ਨਾਲ ਮੈਂ ਯੁੱਧ ਕਰਨਾ ਹੈ ਧੰਵਾਦ ਕਵਿਤਾ ਹੈ ਆਦਮੀ ਤੇ ਸਾਗਰ ਆਪਣੀ ਤਾਈ ਅਸਗਾ ਸਮਝਣ ਵਾਲਾ ਹਜ਼ਾਰਾਂ ਮੀਲਾਂ ਵਿੱਚ ਫੈਲਿਆ ਵਿਸ਼ਾਲ ਸਾਗਰ ਕੰਡੇ ਖੜੇ ਆਦਮੀ ਨੂੰ ਵੇਖ ਖੌਰੂ ਪਾਵੇ ਵੈਸੀ ਹਾਸਾ ਹੱਸਦਾ ਆਪਣੀਆਂ ਭਿਆਨਕ ਉੱਚੀਆਂ ਛੱਲਾਂ ਦਾ ਜ਼ੋਰ ਦਿਖਾਵੇ ਪਰ ਆਦਮੀ ਹਵਾਈ ਜਹਾਜ਼ ਇੱਕੋ ਹੱਲੇ ਸੰਕੜੀ ਹਜ਼ਾਰਾਂ ਮੀਲਾਂ ਚ ਫੈਲੇ ਸਾਗਰ ਨੂੰ ਟੱਪ ਜਾਵੇ ਉਸ ਦੀਆਂ ਬੇੜੀਆਂ ਸਮੁੰਦਰੀ ਜਹਾਜ਼ ਸਾਗਰ ਦੀ ਹਿੱਕ ਤੇ ਧਰਦੇ ਧੰਨ ਦੇਣ ਉਸ ਦੀ ਹੈਂਕਰ ਪੰਡ ਡੁੱਬਣੀਆਂ ਸਭ ਮੈਰਾਇਨਜ਼ ਪੰਡ ਡੁੱਬਣੀਆਂ ਸਭ ਮੈਰਾਇਨਜ਼ ਸਾਗਰ ਦੇ ਧੁਰ ਅੰਦਰ ਲੈ ਜਾਣ ਸਾਗਰ ਦਾ ਸੀਨਾ چیر ਆਦਮੀ ਕੱਢ ਲਿਆ ਵੀ ਅਨਮੋਲ ਮੋਤੀ ਆਦਮੀ ਦੀ ਮੁਠੀ ਚਾ ਜਾਵੇ ਸਾਗਰ ਦਾ ਖਜ਼ਾਨਾ ਕਦੀ ਕਦੀ ਜ਼ਖਮੀ ਪਾਗਲ ਹੋਈ ਸਾਗਰ ਦੀਆਂ ਭਿਆਨਕ ਵਿਕਰਾਲ ਲਹਿਰਾਂ ਤਟਾਂ ਉੱਤੇ ਤਾंडव ਨਾਚ ਨੱਚਦੀਆਂ ਮੱਚਾ ਦੇਣ ਤਬਾਹੀ ਪਰ ਆਦਮੀ ਮੁਰਛੀਤੀ ਹੀ ਬਣਾ ਦੇਵੇ ਪਹਿਲਾ ਨਾਲੋਂ ਵੀ ਸੁੰਦਰ ਇਮਾਰਤਾਂ ਸਕੂਲ ਹੋਟਲ ਹਸਪਤਾਲ ਸੈਲਾਨੀ ਕੇਂਦਰ ਸਾਗਰ ਦੇ ਕੰਡੇ ਵਸਤੇ ਮਛੇਰੇ ਫੇਰ ਆਪਣੀਆਂ ਬੇੜੀਆਂ ਤੇ ਜਾਲ ਲੈ ਗੀਤ ਗਾਉਂਦੇ ਠਿੱਲ ਪੈਣ ਸਾਗਰ ਵਿੱਚ ਤੇ ਫੇਰ ਆਦਮੀ ਅੱਗੇ ਵਿਸ਼ਾਲ ਜ਼ੋਰਾ ਵਰ ਸਾਗਰ ਹੋ ਜਾਵੇ ਨਿੱਤਾਣਾ ਤੇ ਫੇਰ ਆਦਮੀ ਅੱਗੇ ਵਿਸ਼ਾਲ ਜ਼ੋਰਾ ਵਰ ਸਾਗਰ ਹੋ ਜਾਵੇ ਨਿੱਤਾਣਾ ਧਨਵਾ ਕਵਿਤਾ ਹੈ ਆਦਮੀ ਤੇ ਦਰਿਆ ਆਦਮੀ ਵੇਖਣ ਨੂੰ ਜੋ ਨਿੱਕਾ ਰਿਹਾ ਲੱਗੇ ਸ਼ੂਕ ਦੇ ਦਰਿਆਵਾਂ ਨੂੰ ਪਾਲਵੇ ਨੱਥ ਬਦਲ ਦੇਵੇ ਉਹਨਾਂ ਦੇ ਵਹਿਣ ਬੰਨ ਦੇਵੇ ਉਹਨਾਂ ਨੂੰ ਡੈਮਾਂ ਵਿੱਚ ਦਹਾੜਦੇ ਪਾਣੀਆਂ ਚੋਂ ਬਿਜਲੀ ਬਿਜਲੀ ਕਰ ਲਵੇ ਪੈਦਾ ਹਨੇਰੇ ਨੂੰ ਮੇਟ ਕਰ ਦਵੇ ਉਜਾਲਾ ਮਸ਼ੀਨਾ ਉਸ ਦੀਆਂ ਗੁਲਾਮ ਬਣ ਮੰਨਣ ਉਸ ਦਾ ਹਰ ਹੁਕਮ ਦਰਿਆ ਚੋਂ ਨਹਿਰਾਂ ਨਹਿਰਾਂ ਚੋਂ ਸੂਏ ਕਿਸਿਆਂ ਕੱਢ ਕਰ ਦਵੇ ਮਾਰੂਥਲਾਂ ਨੂੰ ਸਰਸਬਜ਼ ਉਸਾਰ ਕੇ ਪੁਲ ਮੇਲ ਦੇਵੀ ਚਿਰੀ ਵਿਛੁਣੇ ਕੰਢਿਆਂ ਨੂੰ ਘਟਾ ਕੇ ਦੂਰੀਆਂ ਇੱਕ ਦੂਜੇ ਲਈ ਤੜਫਦੇ ਦਿਲਾਂ ਦਾ ਮਿਲਾਪ ਕਰ ਦਵੀ ਸੁਖਾਲਾ ਬਿਫਰੇ ਪਾਣੀਆਂ ਵਾਲੇ ਦਰਿਆ ਬਣ ਜਾਣ ਚੱਕਰ ਉਸਤੇ ਐਡੇ ਵੱਡੇ ਆਦਮੀ ਸਾਵੇਂ ਵੱਡੇ ਵੱਡੇ ਦਰਿਆ ਬਣ ਜਾਣ ਪਾਣੀ ਦੀਆਂ ਲਕੀਰਾਂ ਵੇਖਣ ਨੂੰ ਜੋ ਆਦਮੀ ਨਿੱਕਾ ਜਿਹਾ ਲੱਗੇ ਬਹੁਤ ਵੱਡਾ ਬਹੁਤ ਵੱਡਾ ਅਥਾ ਅਸੀਮ ਸ਼ਕਤੀਆਂ ਦਾ ਮਾਲਕ ਧੰਨਵਾਦ ਕਵਿਤਾ ਹੈ ਆਦਮੀ ਤੇ ਪਰਬਤ ਅੰਬਰ ਛੋਂਦੇ ਪਰਬਤ ਦੇ ਪੈਰਾਂ 'ਚ ਖਲੋਤਾ ਆਦਮੀ ਅੰਬਰ ਛੋਂਦੇ ਪਰਬਤ ਦੇ ਪੈਰਾਂ 'ਚ ਖਲੋਤਾ ਆਦਮੀ ਵੇਖਣ ਨੂੰ ਬਹੁਤ ਛੋਟਾ ਜਿਹਾ ਲੱਗੇ ਉਹਦੇ ਨਿੱਕੇ ਨਿੱਕੇ ਹੱਥ ਨਿੱਕੇ ਨਿੱਕੇ ਪੈਰ ਪਰਬਤ ਬਹੁਤ ਵੱਡਾ ਬਹੁਤ ਉੱਚਾ ਪਰ ਨਿੱਕੇ ਨਿੱਕੇ ਹੱਥ ਅੰਬਰੀ ਸੋਚਾਂ ਜਦ ਜੁੜ ਜਾਣ ਪर्वਤਾਂ ਨੂੰ چیر ਬਣਾ ਦੇਣ ਸੁਰੰਗਾਂ ਲੰਮੀਆਂ ਸੜਕਾਂ ਦ੍ਰਿੜੀ ਰਾਦੇ ਹਿੰਮਤ ਸੂਝ ਤੇ ਦਲੇਰੀ ਦੇ ਪਰਾਂ ਨਾਲ ਉੱਡਦਾ ਨਿੱਕਾ ਜਿਹਾ ਆਦਮੀ ਉੱਚੀਆਂ ਉੱਚੀ ਟੀਸੀ ਤੇ ਪੁੱਜ ਜਾਵੇ ਬੱਦਲਾਂ ਤੋਂ ਉੱਚਾ برف ਟਕਿਆ ਪਰਬਤ ਉਹਦੇ ਪੈਰਾਂ ਹੇਠ ਹੋਵੇ ਤੋੜ ਦੇਵੇ ਉਹ ਪਰਬਤ ਦਾ ਗਰੂਰ ਹੋ ਜਾਵੇ ਪਰਬਤ ਤੋਂ ਵੀ ਬਹੁਤ ਉੱਚਾ ਆਦਮੀ ਹੋ ਜਾਵੇ ਪਰਬਤ ਤੋਂ ਵੀ ਬਹੁਤ ਉੱਚਾ ਆਦਮੀ ਧੰਵਾਦ ਕਵਿਤਾ ਹੈ ਮੌਤ ਤੇ ਕਵੀ ਮੌਤ ਨੇ ਬੁੱਢੇ ਬਿਮਾਰ ਕਵੀ ਨੂੰ ਪੁੱਛਿਆ ਤੂੰ ਦਰਦੀ ਤੇ ਕਿਹੋ ਜਿਹਾ ਜੀਵਨ ਚਾਹਦਾ ਈ ਕਵੀ ਨੇ ਕਿਹਾ ਹੱਸਦਾ ਨੱਚਦਾ ਗਾਉਂਦਾ ਮੁਸਕੁਰਾਂਦਾ ਖੁਸ਼ੀਆਂ ਹੁਸਨ ਤੇ ਮੁਹੱਬਤ ਭਰਿਆ ਮੌਤ ਨੇ ਉਸ ਨੂੰ ਫੇਰ ਕਿਹਾ ਕੀ ਇਹ ਮੇਰੇ ਬਿਨਾ ਸੰਭਵ ਹੈ ਜੇ ਮੈਂ ਨਾ ਹੋਵਾਂ ਰੋਗ ਬੁਢਾਪਾ ਕਰੂਪਤਾ ਦੁੱਖ ਦਰਦ ਪੀੜਾ ਨਾਲ ਸਾਰੀ ਧਰਤੀ ਨਰਕ ਬਣ ਜਾਵੇ ਕਵੀ ਨੇ ਉਸਨੂੰ ਕਿਹਾ ਪਰ ਤੂੰ ਤਾਂ ਬੱਚਿਆਂ ਜਵਾਨਾਂ ਨੂੰ ਵੀ ਨਹੀਂ ਬਖਸ਼ਦੀ ਲੋਕ ਕੈਸੇ ਲਈ ਤੈਨੂੰ ਤਿਰਸਕਾਰ ਦੇ ਨਹੀਂ ਮੌਤ ਨੇ ਫਿਰ ਉਸਨੂੰ ਕਿਹਾ ਮੇਰੇ ਬਿਨਾ ਨਵ ਜੀਵਨ ਸੰਭਵ ਨਹੀਂ ਸ਼ਾਇਰਾ ਤੂੰ ਹਰੇ ਭਰੇ ਲਹਿਰਾਉਂਦੇ ਖੇਤ ਵੇਖੇ ਨਹੀਂ ਕਿਸਾਨ ਉਹਨਾਂ ਨੂੰ ਖੁਦ ਹੀ ਬੀਜਦਾ ਤੇ ਵੱਢਦਾ ਹੈ ਹਰ ਨਵੀਂ ਰੁੱਤੇ ਨਵੀਆਂ ਫਸਲਾਂ ਝੁੰਮਣ ਲੱਗ ਪੈਂਦੀਆਂ ਹਨ ਸਭ ਫਲਾਂ ਨੂੰ ਲੋਕ ਤੋੜ ਲੈਂਦੇ ਨਹੀਂ ਅਗਲੀ ਰੁੱਤੇ ਨਵੇਂ ਫਲਾਂ ਨਾਲ ਟਾਹਣੀਆਂ ਫੇਰ ਭਰ ਜਾਂਦੀਆਂ ਹਨ ਬਾਗਾਂ ਵਿੱਚ ਕਲੀਆਂ ਗੁਲਾਬ ਗੇਂਦੇ ਮਾਲੀ ਸੋੜ ਲੈਂਦੇ ਹਨ ਨਿੱਕੇ ਵੱਡੇ ਫੁੱਲਾਂ ਦੇ ਬਣ ਜਾਂਦੇ ਨੇ ਹਾਰ ਤੇ ਗਜਰੇ ਕੁਝ ਫੁੱਲ ਹੋ ਜਾਂਦੇ ਨੇ ਦੇਵੀ ਦੇਵਤਿਆਂ ਦੇ ਚਰਨਾਂ ਵਿੱਚ ਅਰਪਿਤ ਹਰ ਰੋਜ਼ ਅਗਲੇ ਦਿਨ ਤੇ ਹੌਲੀ-ਹੌਲੀ ਅਗਲੀ ਰੁੱਤੇ ਫੁੱਲਾਂ ਦੇ ਬੂਟੇ ਨਵੇਂ ਫੁੱਲਾਂ ਨਾਲ ਲੱਦੇ ਜਾਂਦੇ ਹਨ ਕਵੀ ਸੋਚੀ ਪੈ ਗਿਆ ਮੌਤ ਨੇ ਕਿਹਾ ਲੋਕ ਮੈਥੋਂ ਐਵੇਂ ਫਜ਼ੂਲ ਡਰਦੇ ਨੇ ਮੈਂ ਤਾਂ ਨਵ ਜੀਵਨ ਦੀ ਸੂਚਕ ਹਾਂ ਲੋਕ ਮੈਥੋਂ ਐਵੇਂ ਫਜ਼ੂਲ ਡਰਦੇ ਨੇ ਮੈਂ ਤਾਂ ਨਵ ਜੀਵਨ ਦੀ ਸੂਚਕ ਹਾਂ ਧੰਨਵਾਦ ਕਵਿਤਾ ਹੈ ਮੈਂ ਤੇ ਮੌਤ ਇੱਕ ਖਰੂ ਪੌਂਦੀ ਬੂਹਾ ਪਾਂਦੀ ਮੌਤ ਆਕੇ ਮੁੜ ਗਈ ਹੈ ਖਰੂ ਪੌਂਦੀ ਬੂਹਾ ਪਾਂਦੀ ਮੌਤ ਆਕੇ ਮੁੜ ਗਈ ਹੈ ਉਹ ਸੋਚਦੀ ਹੋਏਗੀ ਕਿ ਮੈਂ ਡਰ ਗਿਆ ਹਾਂ ਗਿੜਗਿੜਾ ਮੰਗਾ ਉਸ ਤੋਂ ਰਹਿਮ ਦੀ ੀਖ ਮੰਗਾਗਾ ਪਰ ਮੈਂ ਤਾਂ ਬੇਖੌਫ ਹੂ ਜ਼ਿੰਦਗੀ ਦੀ ਕਵਿਤਾ ਲਿਖ ਰਿਹਾ ਹਾਂ ਅਤੇ ਗਾਇਆ ਹਾਂ ਮੁਹੱਬਤ ਦੇ ਅਮਨ ਦੇ ਗੀਤ ਪਾ ਰਿਹਾ ਹਾਂ ਸ਼ਬਦਾਂ ਦੀ ਸਤਰੰਗੀ ਪੀਂਗ ਰੰਗ ਬਿਰੰਗੇ ਫੁੱਲ ਚਿਤਵਦਾ ਕਰ ਰਿਹਾ ਹਾਂ ਉਹਨਾਂ ਨਾਲ ਗੱਲਾਂ ਤੇ ਛੂ ਰਿਹਾ ਹਾਂ ਉਹਨਾਂ ਦੀਆਂ ਨਾਜ਼ੁਕ ਮੁਲਾਇਮ ਪੱਤੀਆਂ ਮੇਰੀਆਂ ਨਜ਼ਰਾਂ ਚਿਤਰ ਰਹੇ ਨੇ ਮਾਸੂਮ ਬੱਚਿਆਂ ਦੇ ਫੁੱਲਾਂ ਜੇ ਚਿਹਰੇ ਤੇ ਉਹਨਾਂ ਦੀ ਮਨਮੋਣੀ ਮੁਸਕਾਨ ਬਾਲ ਰਿਹਾ ਹਾਂ ਮੈਂ ਹਰਫਾਂ ਦੇ ਚਿਰਾਗ ਤੇ ਮੈਂ ਇੱਕ ਨਵਾਂ ਗੀਤ ਲਿਖਿਆ ਹੈ ਕਿਰਤੀਆਂ ਦਾ ਸਰਗੀ ਦੀ ਮੰਜ਼ਿਲ ਪਾਉਣ ਲਈ ਹਿੰਮਤ ਕਰੋ ਮਿਲ ਕੇ ਚਲੋ ਫੇਰ ਤੁਸੀਂ ਲੈ ਆਉਗੇ ਆਪਣੇ ਘਰਾਂ ਵਿੱਚ ਰੌਸ਼ਨੀ ਖਰੂਪਾਂ ਦੀ ਬੂਆ ਪਾਂਦੀ ਮੌਤ ਕਦ ਦੀ ਮੁੜ ਗਈ ਇੰਤੋ ਰਾਤ ਤਦ ਦੀ ਬੀਤ ਗਈ ਹੈ ਮੇਰੇ ਪੂਹੇ ਤੇ ਮੌਤ ਦਸਤਕ ਦੇ ਰਹੀ ਹੈ बार-बार ਤੇ ਮੈਂ ਗੀਤ ਗਾਉਂਦਾ ਮੁਸਕਰਾਉਂਦਾ ਚੁੱਪ ਹੋ ਗਿਆ ਹਾਂ ਸੁਣ ਰਿਹਾ ਹਾਂ ਹੁਣ ਮੈਂ ਬੁੱਧ ਨਾਨਕ ਕਬੀਰ ਦੇ ਸੱਚੇ ਅਮਰ ਬੋਲਾਂ ਨੂੰ ਸ਼ਾ ਹੁਸੈਨ ਬੁੱਲੇ ਦੀਆਂ ਕਾਫੀਆਂ ਮਨ ਚੋਂ ਦੁਈ ਦਵੈਤ ਮੇਟ ਦਿੱਤੀ ਹੈ ਤੇ ਫਿਰ ਅਚਾਨਕ ਮਾਰਕਸ ਲੈਨਨ ਗੁਰਕੀ ਮਾਉ ਤੇ ਹੋ ਚੀ ਮਿੰਨ ਮੈਨੂੰ ਥਾਪੜਾਂ ਦੇਣ ਲਈ ਮੇਰੇ ਪੰਜੇ ਮੁਰਸ਼ਦ ਆ ਗਏ ਹਨ ਤੇ ਉਹਨਾਂ ਨੇ ਮੁੜ ਬਾਲ ਦਿੱਤੇ ਹਨ बुझ ਚੁੱਕੇ ਸਾਰੇ ਚਿਰਾਗ ਰੌਸ਼ਨੀ ਦੀ ਨੱਚ ਤਰਦਾ ਮੈਂ ਆ ਗਿਆ ਹਾਂ ਖਲੀਲ ਜ਼ਬਰਾਨ ਓਸ਼ੋ ਦੇ ਚਿੰਤਨ ਸਰੋਵਰਾਂ ਦੀ ਕੰਡਿਆਂ ਤੇ ਇਨ੍ਹਾਂ ਦੇ ਗਿਆਨ ਜਲ ਨੇ 부ਝਾ ਦਿੱਤੀ ਹੈ ਮੇਰੀ ਵਿਆਕੁਲ ਰੂਹ ਦੀ ਪਿਆਸ ਵਾਸ਼ਨਾਵਾਂ ਚਿੰਤਾਵਾਂ ਦੇ ਕੱਪੜੇ ਉਤਾਰ ਇਨਾ ਚ ਨਹਾ ਕੇ ਮੈਂ ਤਨ ਮਨ ਉਜਲਾ ਕਰ ਲਿਆ ਹੈ ਪੈ ਨਫਰਤ ਤੇ ਪੰਜਾਬ ਦੇ ਪੰਜੇ ਚੋਂ ਮੁਕਤ ਹੂੰ ਹੁਣ ਮੈਂ ਸਭ ਨੂੰ ਹੱਸਦੇ ਹੱਸਦੇ ਅਲਵਿਦਾ ਕਹਿਣ ਲਈ ਤਿਆਰ ਬੈਠਾ ਹਾਂ ਪਰ ਮੌਤ ਆ ਕੇ ਮੁੜ ਗਈ ਹੈ ਤੇ ਹੁਣ ਫੇਰ ਪਉ ਫਟਾਲਾ ਹੋ ਗਿਆ ਹੈ ਮੌਤ ਆ ਕੇ ਮੁੜ ਗਈ ਹੈ ਤੇ ਹੁਣ ਫੇਰ ਪਉ ਫਟਾਲਾ ਹੋ ਗਿਆ ਹੈ ਧੰਨਵਾਦ ਕਵਿਤਾ ਹੈ ਸਵੈ ਜੀਵਨੀ ਮੇਰੇ ਵਿੱਚ ਇੰਨੀ ਜ਼ੁਰਤ ਨਹੀਂ ਕਿ ਮੈਂ ਲਿਖ ਸਕਾਂ ਆਪਣੀ ਪੂਰੀ ਸਹੀ ਸਵੈ ਜੀਵਨੀ ਮੇਰੇ ਵਿੱਚ ਇੰਨੀ ਜ਼ੁਰਤ ਨਹੀਂ ਕਿ ਮੈਂ ਲਿਖ ਸਕਾਂ ਆਪਣੀ ਪੂਰੀ ਸਹੀ ਸਵੈ ਜੀਵਨੀ ਸਵੈ ਜੀਵਨੀ ਲਿਖਣੀ ਤਾਂ ਸੱਚ ਦੇ ਦਰਪਣ ਦੇ ਰੂਬਰੂ ਹੋਣਾ ਹੁੰਦਾ ਹੈ ਆਪਣੇ ਕੀਤੇ ਚੰਗੇ ਮੰਦੇ ਦਾ ਕਰਨਾ ਹੁੰਦਾ ਹੈ ਵਰਣਨ ਆਪਣੇ ਗੁਨਾਹਾਂ ਤੇ ਔਗੁਣਾ ਦਾ ਕਰਨਾ ਹੁੰਦਾ ਹੈ ਇੱਕ ਬਾਲ ਬਹੁਤ ਮੁਸ਼ਕਿਲ ਹੈ ਸੱਚ ਲਿਖਣਾ ਆਪਣੀ ਸਵੈ ਪ੍ਰਸ਼ੰਸਾ ਕਦੀ ਵੀ ਸਵੈ ਜੀਵਨੀ ਨਹੀਂ ਹੁੰਦੀ ਮੇਤਵਤ ਤੁਵਦ ਪੂਣੀ ਦੀ ਤੰਦ ਹੀ ਛੂ ਸਕਦਾ ਹਾਂ ਜੇ ਆਪਣੇ ਸਾਰੇ ਕੰਮਾਂ ਬਾਰੇ ਲਿਖਾਂ ਤਾਂ ਉਹਨੂੰ ਪੜ੍ਹ ਕੇ ਮੇਰੇ ਬੱਚੇ ਲੱਜਤ ਹੋ ਜਾਣਗੇ ਭਾਵੇਂ ਉਹਨਾਂ 'ਚੋਂ ਕਈ ਕੰਮ ਮੈਨੂੰ ਗਰੀਬੀ ਦੇ ਹਾਲਾਤ ਦੀ ਮਜਬੂਰੀ ਕਾਰਨ ਹੀ ਕਰਨੇ ਪਏ ਸਨ ਸਤਵੀਂ ਪੜਦੇ ਤੜਕੇ ਉੱਠ ਕੇ ਸੀਅਲੀ ਦੀ ਅਤ ਠੰਡੀ ਰੁੱਤੇ ਲੋਕ ਸੀ ਹੁੰਦੇ ਵਿੱਚ ਰਜਾਈਆਂ ਦੇ ਜਦ ਸੁੱਤੇ ਡੈਰੀ ਦਾ ਦੁੱਧ ਡਬਲ ਰੋਟੀਆਂ ਵੇਚਣ ਸੀ ਮੈਂ ਜਾਇਆ ਕਰਦਾ 3 ਘੰਟੇ ਵਿੱਚ 12 14 ਆਨੀ ਖਟ ਕੇ ਘਰ ਵਾਪਸ ਲੈ ਆਇਆ ਕਰਦਾ ਇੱਕ ਵਾਰ ਘਰ ਦਾ ਰਾਸ਼ਨ ਮੁੱਕ ਗਿਆ ਸੀ ਬਾਪ ਨਾਲ ਰਾਸ਼ਨ ਡੀਪੂ ਤੋਂ ਕਣਕ ਲੈਣ ਗਏ ਨੇ ਡੀਪੂ ਵਾਲੇ ਦੇ 10 ਰੁਪਏ ਚੁਰਾਈ ਸਨ ਘਰ ਆ ਨੋਟ ਲੱਭਣ ਦਾ ਝੂਠ ਬੋਲਿਆ ਸੀ ਸੱਚ ਪਤਾ ਲੱਗਣ ਤੇ ਬਾਪ ਤੋਂ ਕੁੱਟ ਤੇ ਗੰਗ ਖਾਧੀਆਂ ਸਨ ਰੋੰਦੀ ਮਾਂ ਨੇ ਕਲੇਜੇ ਨਾਲ ਲਾ ਕੇ ਆਖਿਆ ਸੀ ਪੁੱਤਰ ਫੇਰ ਕਦੀ ਚੋਰੀ ਨਾ ਕਰੀ ਪਰ ਘਰ ਚ ਰਾਸ਼ਨ ਆ ਗਿਆ ਸੀ ਗਰਮੀਆਂ ਨੂੰ ਲੁੱਕ ਪਿਗਲੀ ਸੜਕ ਤੇ ਤਾਇਰਾਂ ਦੀਆਂ ਚਪਲਾਂ ਪਾ ਸਕੂਲ ਪੜਨ ਜਾਂਦਾ ਸੀ ਸਰਦੀਆਂ ਨੂੰ ਪਾਉਣ ਲਈ ਸਵੈਟਰ ਵੀ ਨਹੀਂ ਸੀ ਹੁੰਦਾ ਇੱਕ ਖੇਸੀ ਦੀ ਬੁੱਕਲ ਮਾਰੀ ਹੁੰਦੀ ਸੀ ਤੇ 10ਵੀਂ ਚੋਂ ਫਸਟ ਡਿਵੀਜ਼ਨ ਲੈ ਕੇ ਵੀ ਰਿਕਸ਼ਾ ਚਲਾਇਆ ਸੀ ਫਿਰ ਟਿਊਸ਼ਨਾਂ ਪੜ੍ਹਾ ਕੁਝ ਪੈਸੇ ਜੋੜ ਜੇਬੀਟੀ ਕਰਨ ਦਾ ਜੁਗਾੜ ਬਣਾਇਆ ਸੀ ਦਸਵੀਂ ਤੋਂ ਫਰਸਟ ਡਿਵੀਜ਼ਨ ਲੈ ਕੇ ਵੀ ਰਿਕਸ਼ਾ ਚਲਾਇਆ ਸੀ ਫਿਰ ਟਿਊਸ਼ਨਾਂ ਪੜਾ ਕੁਝ ਪੈਸੇ ਜੋੜ ਜੇਬੀਟੀ ਕਰਨ ਦਾ ਜੁਗਾੜ ਬਣਾਇਆ ਸੀ ਬੇਸਿਕ ਚ ਪੜਦਿਆਂ ਜਦ ਮੇਰੇ ਤੇ ਮੇਰੇ ਇੱਕ ਦੋਸਤ ਦੀਆਂ ਜੇਬਾਂ ਹੁੰਦੀਆਂ ਸਨ ਖਾਲੀ ਤਾਂ ਅਸੀਂ ਸ਼ਮਸ਼ਾਨ ਘਾਟ ਦੇ ਮੰਦਰ ਵਿੱਚੋਂ ਚੋਰੀ ਕਰ ਲਿਆ ਕਰਦੇ ਸੀ ਪੈਸੇ ਨਿੱਕੀ ਪੋਟੀ ਪਾਨ ਮੈਂ ਪੜੀ ਸੀ ਗੀਤਾ ਉਥੋਂ ਹੀ ਚੁਰਾ ਕੇ ਕਿਰਾਇਆ ਨਾ ਹੋਣ ਕਾਰਨ ਮੈਂ ਤੇ ਮੇਰਾ ਉਹ ਦੋਸ ਜਦੋਂ ਰਾਤੀ ਗੱਡੀ ਵਿੱਚ ਆਪਣੇ ਘਰ ਆ ਰਹੇ ਹੁੰਦੇ ਸੀ ਤਾਂ ਟੀਟੀ ਤੋਂ ਬਚਨ ਲਈ ਰਾਤ ਦੇ ਹਨੇਰੇ ਵਿੱਚ ਚਲਦੀ ਗੱਡੀ ਦੇ ਡੱਬੇ ਬਦਲ ਲੈਂਦੇ ਸਾਂ ਮੌਤ ਦੇ ਨਾਲ ਲੁਕਣ ਮਿੱਟੀ ਖੇਡਦੇ ਸਾਂ ਇਹ ਵੀ ਸੱਚ ਹੈ ਕਿ ਮੈਂ ਰੱਦੀ ਚੋਂ ਕਿਤਾਬਾਂ ਖਰੀਦ ਕਮੇਟੀ ਦੀਆਂ ਲੈਂਪਾਂ ਚੋਂ ਤੇਲ ਚੋਰੀ ਕਰ ਦਸਵੀਂ ਚ ਅੱਧੀ ਰਾਤ ਤੱਕ ਪੜਿਆ ਕਰਦਾ ਸੀ ਤੇ ਵਾਤੋਂ ਪਿਛੋਂ ਪਤਨੀ ਦੇ ਕਹਿਣ ਤੇ ਐਵੇਂ ਅੰਗਰੇਜ਼ੀ ਤੇ ਬੀਅਰਡ ਦੀ ਪੜ੍ਹਾਈ ਕਰ ਪ੍ਰਾਇਮਰੀ ਮਾਸਟਰ ਤੋਂ ਲੈਕਚਰਰ ਦੇ ਡੰਡੇ ਤੱਕ ਪਹੁੰਚਿਆ ਸਾਂ ਦੋਸਤ ਤੁਸੀਂ ਆਖਦੇ ਹੋ ਕਿ ਮੈਂ ਆਪਣੇ ਕੀਤੇ ਕੁਝ ਭਲੇ ਕੰਮਾਂ ਬਾਰੇ ਵੀ ਕੁਝ ਦੱਸਾਂ ਪਰ ਇਹ ਤਾਂ ਆਪਣੇ ਮੂੰਹ ਆਪ ਮੀਆਂ ਮਿੱਠੂ ਬਣਨ ਵਾਲੀ ਗੱਲ ਹੋਵੇਗੀ ਹੁੰਜ ਹਰ ਬੰਦਾ ਨੇਕੀ ਤੇ ਬੁਰਾਈ ਦਾ ਮਿਸ਼ਰਣ ਹੁੰਦਾ ਹੈ ਤੇ ਮੈਂ ਵੀ ਇੱਕ ਇਨਸਾਨ ਹਾਂ ਮੇਰੇ ਕੀਤੇ ਪੁੱਠੇ ਕੰਮਾਂ ਦੀ ਸੂਚੀ ਬੜੀ ਲੰਬੀ ਹੈ ਬੇਗਾਨੀਆਂ ਔਰਤਾਂ ਮਗਰ ਬੜੇ ਤੱਕੇ ਖਾਦੇ ਹਨ ਆਪਣੀ ਪਤਨੀ ਦੀ ਵਫਾ ਨੂੰ ਚੁਰਾਇਆ ਹੈ ਉਸ ਦਾ ਦਿਲ ਦੁਖਾਇਆ ਹੈ ਇਸ ਲਈ ਤਾਂ ਮੈਂ ਆਖਦਾ ਹਾਂ ਕਿ ਮੈਂ ਨਹੀਂ ਲਿਖ ਸਕਾਂਗਾ ਆਪਣੀ ਪੂਰੀ ਸਹੀ ਸਵੈ ਜੀਵਨੀ ਸਵੈ ਜੀਵਨੀ ਤਾਂ ਲਿਖ ਦੇਣੀ ਜਿਨ੍ਹਾਂ ਨੇ ਜੀਵਨ ਵਿੱਚ ਕੀਤੀ ਹੋਵੇ ਕੋਈ ਬਹੁਤ ਵੱਡੀ ਪ੍ਰਾਪਤੀ ਮੇਰੇ ਵਰਗੇ ਬੰਦੇ ਦੀ ਸਵੈ ਜੀਵਨੀ ਕੀ ਅਰਥ ਰੱਖਦੀ ਹੈ ਮੇਰੇ ਵਰਗੇ ਬੰਦੇ ਦੀ ਸਵੈ ਜੀਵਨੀ ਕੀ ਅਰਥ ਰੱਖਦੀ ਹੈ ਧੰਨਵਾਦ ਕਵਿਤਾ ਹੈ ਮੇਰਾ ਪੁਲਸੀਆ ਬਾਪ ਮੇਰੇ ਪੁਲਸੀਏ ਬਾਪ ਨੂੰ ਗੁਜ਼ਰੇ ਬੜੇ ਸਾਲ ਬੀਤ ਗਏ ਨੇ ਪਰ ਪਤਾ ਨਹੀਂ ਅੱਜ ਜਦ ਮੈਂ ਖੁਦ ਕੰਦੀ ਉੱਤੇ ਰੁਖੜਾ ਹਾਂ ਤਾਂ ਮੈਨੂੰ ਆਪਣੇ ਬਾਪ ਦੇ ਦੋ ਰੂਪ ਮੁੜ-ਮੁੜ ਚਿੱਤੇ ਆ ਰਹੇ ਨੇ ਪਾਕਿਸਤਾਨ ਵਿੱਚ ਉਸ ਦੀ ਤੁਰੇ ਵਾਲੀ ਪੱਗ ਕੁੰਡੀਆਂ ਮੁੱਛਾਂ ਵੇਖ ਬਦਮਾਸ਼ ਡਰਦੇ ਸਨ ਤੇ ਉਸ ਦਾ ਪਾਣੀ ਪਰਦੇ ਸਨ ਸਿਪਾਹੀ ਹੁੰਦਿਆਂ ਵੀ ਉਹਦੀ ਟੋਰ ਥਾਣੇਦਾਰ ਤੋਂ ਘਟ ਨਹੀਂ ਸੀ ਘਰ ਵਿੱਚ ਲਹਿਰਾ ਬਹਿਰਾਂ ਸਨ ਦੇਸੀ ਕੀ ਉਹਦੀਆਂ ਸਨ ਭਰੀਆਂ ਰਹਿੰਦੀਆਂ ਗਾਗਰਾਂ ਨੋਟਾਂ ਨਾਲ ਘਰ ਭਰਿਆ ਰਹਿੰਦਾ ਸੀ ਮਾਂ ਹਰ ਮਹੀਨੇ ਕੋਈ ਨਾ ਕੋਈ ਨਵਾਂ ਗਹਿਣਾ ਬਣਵਾ ਲੈਂਦੀ ਨਵੀਂ ਸੂਪ ਸਵਾਲ ਲੈਂਦੀ ਮੇਰਾ ਬਾਪ ਜਿੱਦ ਰੋਂ ਵੀ ਲੰਘਦਾ ਸੀ ਲੋਕ ਸਲਾਮ ਕਰਦੇ ਸਨ ਉਹ ਕਿਸੇ ਨਵਾਬ ਤੋਂ ਘੱਟ ਨਹੀਂ ਸੀ ਜਪਦਾ ਉਹਦੇ ਚਿਹਰੇ ਦਾ ਜਲਾਲ ਉਹਦੇ ਪੱਕੇ ਰੰਗ ਤੇ ਮਾਤਾ ਦੇ ਦਾਗ ਨਾਲ ਭਰੇ ਚਿਹਰੇ ਨੂੰ ਟੱਕ ਲੈਂਦਾ ਸੀ ਅੰਨ ਜ਼ੋਰ ਸੀ ਉਸ ਵਿੱਚ ਤੇ ਲੂੜੀ ਦਾ ਸੀ ਹੌਸਲਾ ਦੋ ਤਿੰਨ ਵੈਲੀਆਂ ਨੂੰ ਕੱਲਾ ਹੀ ਕੁਝ ਨਹੀਂ ਸੀ ਜਾਣਦਾ ਪਰ ਦੇਸ਼ ਦੀ ਵੰਡ ਵਿੱਚੋਂ ਇਦਰਾ ਉਹ ਨਾਨਕ ਸਰਿਆ ਬਣ ਗਿਆ ਛੱਡ ਦਿੱਤੀ ਉਸਨੇ ਰਿਸ਼ਵਤ ਲੈਣੀ ਤੇ ਸ਼ਰਾਬ ਮੀਟ ਅੰਡਾ ਖਾਣੋਂ ਤੋਬਾ ਕਰ ਲਈ ਡੰਡੇ ਨਾਲ ਦੂਸਰੇ ਹੱਥ ਮਾਲਾ ਉਹ ਨਹੀਂ ਫੜ ਲਈ ਘਰ ਵਿੱਚ ਭੰਗ ਪੁੱਜਣ ਲੱਗ ਪਈ ਤੇ ਉਹ ਕਦੀ ਕਦੀ ਭੰਗ ਪੀਣ ਲੱਗ ਗਿਆ ਕਦੇ-ਕਦੇ ਜਦ ਮੇਰੀ ਮਾਂ ਨੂੰ ਤੇ ਮੈਨੂੰ ਉਹ ਕੁੱਟਦਾ ਤੇ ਗਾਲਾਂ ਕੱਢਦਾ ਤਾਂ ਮੈਨੂੰ ਉਹ ਬੜਾ ਬੁਰਾ ਲੱਗਦਾ ਪਰ ਫਿਰ ਵੀ ਅਸਲ ਵਿੱਚ ਉਹ ਬਹੁਤ ਚੰਗਾ ਸੀ ਭਾਵੇਂ ਉਹ ਤਿੰਨ ਜਮਾਤਾਂ ਹੀ ਪੜਿਆ ਸੀ ਪਰ ਸੰਮਨ ਤਮੀਲ ਕਰਵਾਉਣ ਗਿਆ ਸਕੂਲਾਂ ਦੇ ਬੱਚਿਆਂ ਨੂੰ ਕਲਮਾ ਘੜਕੇ ਦੇ ਆਉਂਦਾ ਲੰਮਾ ਪੈਂਡਾ ਮਾਰ ਜਦ ਸ਼ਾਮੀ ਥੱਕਿਆ ਟੁੱਟਿਆ ਘਰ ਮੁੜਦਾ ਤਾਂ ਉਹਦੇ ਕੈਨਵਸ ਤੇ ਝੋਲੇ ਵਿੱਚ ਸਾਡੇ ਲਈ ਹੁੰਦਾ ਸੀ ਮਰੂੰਡਾ ਤੇ ਦਾਣੇ ਮੈਂ ਉਹਦੇ ਬੂਟਾਂ ਦੇ ਤਸਮੀ ਖੋਲ ਜਦ ਜੁਰਾਬਾਂ ਉਤਾਰਦਾ ਤਾਂ ਬੜੀ ਹਮਕੌਂਦੀ ਉਹ ਮੈਨੂੰ ਪਿਆਰ ਨਾਲ ਘੁੱਟ ਆਪਣੀ ਹਿੱਕ ਨਾਲ ਲਾ ਲੈਂਦਾ ਅਚਾਰ ਨਾਲ ਰੁੱਖੀ ਰੋਟੀ ਖਾ ਕੇ ਵੀ ਰੱਬ ਦਾ ਸੋ ਸੋ ਸ਼ੁਕਰ ਕਰਦਾ ਸਵੇਰੇ ਜਪਜੀ ਤੇ ਸ਼ਾਮੀ ਰਹਿਰਾਸ ਦਾ ਪਾਠ ਕਰਦਾ ਬੜੀ ਸੁਰ ਵਿੱਚ ਸੁਖਮਨੀ ਸਾਹਿਬ ਪੜ੍ਹ ਕੇ ਸੁਣਾਉਂਦਾ ਗੁਰੂ ਦੀ ਮਹਿਮਾ ਉਹ ਗਾਉਂਦਾ ਮੇਰਾ ਮਿਹਨਤੀ ਸੰਤੋਖੀ ਬਾਪ ਅਸਲ ਵਿੱਚ ਬਹੁਤ ਚੰਗਾ ਸੀ ਜਿਸ ਦੀ ਚਿੱਟੀ ਪੱਗ ਚਿੱਟੇ ਕੁਰਤੇ ਅਤੇ ਹੱਥ ਵਿੱਚ ਫੜੇ ਸਿਮਰਨੀ ਵੇਖ ਲੋਕ ਉਸ ਨੂੰ ਗਿਆਨੀ ਜੀ ਕਹਿਣ ਲੱਗ ਪਏ ਸਨ ਧੰਵਾਦ ਕਵਿਤਾ ਮੇਰੀ ਪਤਨੀ ਮੇਰੀ ਪਤਨੀ ਨੇਕੀ ਸੇਵਾ ਦਇਆ ਦੀ ਮੂਰਤ ਇਹ ਮੇਰੇ ਲਈ ਅਜਵੀ ਸਭ ਤੋਂ ਪਿਆਰੀ ਸੂਰਤ ਵਿੱਚ ਜਵਾਨੀ ਏਸੀ ਮੇਰੀ ਪਰੀ ਜਹੀ ਸੁੰਦਰ ਮਹਿਬੂਬਾ ਜਿਸ ਮੇਰੇ ਨਾਲ ਵਿਆਹ ਕਰਵਾਇਆ ਹਰ ਦੁੱਖ ਮੁਸ਼ਕਲ ਦੇ ਸੰਕਟ ਵਿੱਚ ਮੇਰਾ ਪੂਰਾ ਸਾਥ ਨਿਭਾਇਆ ਬੇਟੇ ਬੇਟੀ ਤਾਈਂ ਚੰਗੀ ਸਿੱਖਿਆ ਦਿੱਤੀ ਖੂਬ ਪੜਾਇਆ ਅਤੇ ਸਮਾਜ ਚ ਮਾਣ ਮੱਤੀ ਥਾਂ ਤੇ ਪਹੁੰਚਾਇਆ ਮੇਰੀ ਪਤਨੀ ਜੋ ਆਪਣੀ ਨੂੰ ਰਾਣੀ ਨੂੰ ਵੀ ਧੀ ਵਾਂਗ ਹੀ ਪਿਆਰ ਹੈ ਕਰਦੀ ਆਪਣੇ ਪੋਤੇ ਪੋਤੀ ਉਤੋਂ ਵਾਰੀ ਜਾਵੇ ਸਦਕੇ ਜਾਵੇ ਧੀ ਤੇ ਦੋਤੇ ਦੀ ਵੀ ਹਰ ਇੱਕ ਰੀਜ ਪੋਗਾਵੇ ਘਰ ਤਾਂ ਹੀ ਇਸ ਸਵਰਗ ਬਣਾਇਆ ਹੱਸ ਕੇ ਹਰ ਇੱਕ ਫਰਜ਼ ਨਿਭਾਇਆ ਭਾਵੇਂ ਉਹ ਹੁਣ ਆਪਣੇ ਗੋਰੇ ਰੰਗ ਦੇ ਵਰਗੇ ਚਾਂਦੀ ਰੰਗੇ ਵਾਲਾਂ ਵਾਲੀ ਹੋ ਚੁੱਕੀ ਹੈ ਤੇ ਅਕਸਰ ਬਿਮਾਰ ਹੈ ਰਹਿੰਦੀ ਐ ਪਰ ਹਿੰਮਤ ਕਦੀ ਨਾ ਹਾਰੇ ਉਸ ਦੇ ਜਾਵਾਂ ਮੈਂ ਬਲੇ ਹਾਰੇ ਨਿਤ ਸਵੇਰੇ ਤੜਕੇ ਉੱਠੇ ਲਹੂ ਲਿਬੜੀਆਂ ਥੁੱਕਾਂ ਮੇਰੀਆਂ ਤਾਂ ਹੀ ਸੁਟੇ ਮੈਨੂੰ ਚਾਹ ਦੇ ਪਾਠ ਹੈ ਕਰਦੀ ਕੀਰਤਨ ਸੁਣਦੀ ਉਹ ਹੈ ਪੱਕੀ ਆਪਣੀ ਧੁਨ ਦੀ ਤੰਦਰੁਸਤੀ ਤੇ ਲੰਮੀ ਮੇਰੀ ਉਮਰ ਵਾਸਤੇ ਹਰ ਰੋਜ਼ ਅਰਦਾਸ ਹੈ ਕਰਦੀ ਤਿੰਨ ਸਾਲਾਂ ਤੋਂ ਮੇਰੇ ਕੈਂਸਰ ਰੋਗ ਸਮੇਉ ਮੇਰੀ ਜੀਵਨ ਢਾਲ ਬਣੀ ਹੈ ਦਿਨੇ ਰਾਤ ਜੋ ਸੇਵਾ ਕਰਦੀ ਮੈਨੂੰ ਨਿਤ ਹੌਸਲਾ ਦਿੰਦੀ ਤੇ ਕੰਦੇ ਹੈ ਤੁਹਾਨੂੰ ਕੁਝ ਵੀ ਹੋਣ ਨਹੀਂ ਲੱਗਾ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਕੁਝ ਠੀਕ ਹੀ ਕਰ ਦੇਣਾ ਹੈ ਆਪਣੇ ਪੁੱਤਰ ਨੂੰ ਆਖੇ ਐਵੇਂ ਫਿਕਰ ਨਾ ਕਰਿਆ ਕਰ ਤੂੰ ਤੇਰੇ ਡੈਡੀ ਠੀਕ ਹੋ ਜਾਣਾ ਹੈ ਬੇਟਾ ਐਵੇਂ ਕਿਉਂ ਘਬਰਾਣਾ ਉਸ ਦੀਆਂ ਸਲੀਨ ਅੱਖਾਂ 'ਚੋਂ ਪਰ ਦਰਦ ਮੈਂ ਉਸ ਦਾ ਪੜ ਲੈਂਦਾ ਹਾਂ ਚੁੱਪ ਰਹਿੰਦਾ ਹਾਂ ਮੈਂ ਹਾਂ ਪਿਆਰ ਸੋਚਦਾ ਰਹਿਣਾ ਆਪਣੀ ਪਤਨੀ ਨਾਲ ਮੈਂ ਕਿੰਨੀ ਕਰਦਾ ਰਿਹਾ ਹਾਂ ਬੇਇਨਸਾਫੀ ਉਸ ਦਾ ਜੇਰਾ ਕਿੰਨਾ ਵੱਡਾ ਜਿਸ ਨੇ ਮੇਰੇ ਹਰ ਔਗੁਣ ਨੂੰ ਅੰਡਰਟ ਕੀਤਾ ਹੁਣ ਜੇਕਰ ਅਫਸੋਸ ਹੈ ਮੈਨੂੰ ਤਾਂਸ ਗਲਦਾ ਕਿਉਂ ਨਾ ਆਪਣੀ ਪਤਨੀ ਦੀ ਮੈਂ ਝੋਲੀ ਦੇ ਵਿੱਚ ਖੁਸ਼ੀਆਂ ਪਾਈਆਂ ਵਿੱਚ ਜਵਾਨੀ ਕਿਉਂ ਨਾ ਉਸ ਦੀਆਂ ਰੀਝਾਂ ਸਦਰਾ ਮੈਂ ਪੁਗਾਈਆਂ ਵਿੱਚ ਜਵਾਨੀ ਕਿਉਂ ਨਾ ਉਸ ਦੀਆਂ ਰੀਝਾਂ ਸਦਰਾ ਮੈਂ ਪੁਗਾਈਆਂ ਧੰਨਵਾਦ ਕਵਿਤਾ ਹੈ ਪਾਪਾ ਮੇਰੀਆਂ ਅੱਖਾਂ ਲੈ ਲੋ ਉਸਦੀ ਨੰਨੀ-ਮੁੰਨੀ ਧੀ ਨੇ ਉਸਨੂੰ ਪੁੱਛਿਆ ਪਾਪਾ ਅੱਖਾਂ ਤੁਹਾਡੀਆਂ ਬਹੁਤ ਦੁੱਖਦੀਆਂ ਉਸਦੀ ਨੰਨੀ-ਮੁੰਨੀ ਧੀ ਨੇ ਉਸਨੂੰ ਪੁੱਛਿਆ ਪਾਪਾ ਅੱਖਾਂ ਤੁਹਾਡੀਆਂ ਬਹੁਤ ਦੁੱਖਦੀਆਂ ਉਹ ਸਾਖਿਆ ਹਾਂ ਮੇਰੀ ਬੱਚੀ ਕੁੜੀ ਆਖਿਆ ਪਾਪਾ ਤੁਸੀਂ ਮੇਰੀਆਂ ਅੱਖਾਂ ਲੈ ਲਓ ਸੁਣ ਕੇ ਬਾਪ ਬੜਾ ਖੁਸ਼ ਹੋਇਆ ਤੇ ਫਿਰ ਉਸ ਕਿਹਾ ਕੁੜੀ ਨੂੰ ਧੀਏ ਤੂੰ ਫਿਰ ਕਿੰਝ ਦੇਖੇਂਗੀ ਛਟ ਕੁੜੀ ਨੇ ਉੱਤਰ ਦਿੱਤਾ ਤਾਂ ਫਿਰ ਮੇਰੀ ਇੱਕ ਅੱਖ ਲੈ ਲਓ ਇੱਕ ਅੱਖ ਨਾਲ ਤੁਸੀਂ ਵੇਖਿਓ ਇੱਕ ਅੱਖ ਨਾਲ ਮੈਂ ਦੇਖਾਂਗੀ ਪਿਤਾ ਨੇ ਧੀ ਨੂੰ ਕੁੱਟ ਕਲੇਜੇ ਨਾਲ ਲਗਾਇਆ ਉਸ ਦਿਨ ਦਾ ਤੀ ਪੁੱਤਰ ਨੂੰ ਇੱਕੋ ਅੱਖ ਦੇ ਨਾਲ ਵੇਖਦਾ ਉਸ ਦਿਨ ਦਾ ਉਹ ਤੀ ਪੁੱਤਰ ਨੂੰ ਇੱਕੋ ਅੱਖ ਦੇ ਨਾਲ ਵੇਖਦਾ ਧੰਨਵਾਦ ਕਵਿਤਾ ਹੈ ਰੱਬ ਨਾਲੋਂ ਤਕੜੀ ਕੁੜੀ ਨਿੱਕੀ ਜੈਕ ਪੋਤੀ ਨੇ ਆਪਣੇ ਬਿਮਾਰ ਦਾਦੇ ਨੂੰ ਦੱਸਿਆ ਉਸਦੀ ਇੱਕ ਸਹੇਲੀ ਅੱਜ ਬੜੀ ਰੋਂਦੀ ਕਹਿੰਦੀ ਸੀ ਉਸਤੇ ਦਾਦਾ ਜੀ ਤੁਰ ਗਏ ਨੇ ਉਹਨਾਂ ਨੂੰ ਹੈ ਉੱਪਰੋਂ ਆ ਕੇ ਕੋਈ ਲੈ ਗਿਆ ਮੇਰੇ ਪਿਆਰੇ ਦਾਦੂ ਦੱਸੋ ਉੱਪਰੋਂ ਆ ਕੇ ਬੰਦੇ ਨੂੰ ਹੈ ਕੌਣ ਲੈ ਜਾਂਦਾ ਕੁੱਚਿਰ ਦਾਦਾ ਰਹਿਾ ਸੋਚਦਾ ਤੇ ਫਿਰ ਉਸਨੇ ਇੰਉਂ ਆਖਿਆ ਪਿਆਰੀ ਬੇਟੀ ਰੱਬ ਲੈ ਜਾਂਦਾ ਇਹ ਸੁਣ ਪੋਤੀ ਝਟ ਆਖਿਆ ਦਾਦਾ ਜੀ ਮੈਂ ਤੁਹਾਨੂੰ ਰੱਬ ਨੂੰ ਨਹੀਂ ਲਿਜਾਣ ਦੇਵਾਂਗੀ। ਦਾਦੇ ਪੁੱਛਿਆ ਤੂੰ ਕੀ ਕਰੇਂਗੀ ਨੰਨੀ ਗੁड़िया? ਉਹ ਸਾਖਿਆ ਦਾਦਾ ਜੀ ਰੱਬ ਜੀ ਲੈਣ ਤੁਹਾਨੂੰ ਆਇਆ ਮੈਂ ਉਸ ਤਾਈ ਮਾਰ ਦੇਾਂਗੀ। ਦਾਦਾ ਹੱਸਿਆ ਆਪਣੀ ਪੋਤੀ ਦਾ ਸਿਰ ਚੁੰਮਿਆ ਤੇ ਆਖਿਆ ਮੇਰੀ ਪਿਆਰੀ ਲਾਡੂ ਰਾਣੀ। ਤੇਰੇ ਹੁੰਦਿਆ ਮੈਨੂੰ ਕੌਣ ਲੈ ਜਾ ਸਕਦਾ ਹੈ ਮੇਰੀ ਪਿਆਰੀ ਲਾਡੂ ਰਾਣੀ ਤੇਰੇ ਹੁੰਦਿਆ ਮੈਨੂੰ ਕੌਣ ਲੈ ਜਾ ਸਕਦਾ ਹੈ ਧੰਨਵਾਦ ਕਵਿਤਾ ਹੈ ਕੁੜੀਆਂ ਚਿੜੀਆਂ ਕੁੜੀਆਂ ਚਿੜੀਆਂ ਘਰਾਂ ਦੀ ਰੌਣਕ ਸੋਜ ਸੁਹੱਪਣ ਸ਼ਿਸ਼ਟਾਚਾਰ ਅਤੇ ਸਿਆਣਪ ਸਾਰੇ ਗੁਣਾਾਂ ਦੀਆਂ ਗੁੱਥਲੀਆਂ ਇਹਨਾਂ ਦੇ ਨੇ ਰੂਪ ਅਨੇਕਾਂ ਅਤੇ ਅਨੂਪਮ ਇਹਨਾਂ ਧਰਤ ਦੀਆਂ ਜਾਈਆਂ ਦਾ ਧਰਤੀ ਤੋਂ ਵੀ ਵੱਡਾ ਜੇਰਾ ਪੀਰ ਪੈਗੰਬਰ ਇਹਨਾਂ ਜਾਈ ਹਰ ਘਰ ਅੰਦਰ ਸੁੰਦਰ ਕਲੀਆਂ ਫੁੱਲ ਖਿੜਾਈ ਯੁਗਾਂ ਯੁਗਾਂ ਤੋਂ ਭੋਗ ਰਹੀਆਂ ਪਰ ਬੇਇਨਸਾਫੀ ਸੈ ਰਈਆਂ ਅਤਿਆਚਾਰ ਇਹਨਾਂ ਨੂੰ ਹੀ ਅਗਨ ਪ੍ਰੀਖਿਆ ਦੇਣੀ ਪੈਂਦੀ ਬਾਰੰਬਾਰ ਪਰਿ ਸਭਾ ਵਿੱਚ ਹੁੰਦਾ ਚੀਰ ਹਰਨ ਇਹਨਾਂ ਦਾ ਕੁੱਖ ਅੰਦਰ ਵੀ ਮਰਨਾ ਪੈਂਦਾ ਸਹਰੇ ਜਾ ਕੇ ਸੜਨਾ ਪੈਂਦਾ ਸਿਲ ਪੱਥਰ ਵੀ ਹੋਣਾ ਪੈਂਦਾ ਬਿਨ ਹੰਝੂਆਂ ਦੇ ਰੋਣਾ ਪੈਂਦਾ ਐ ਪਰ ਇਹਨਾਂ ਦੇ ਵਿੱਚੋਂ ਹੀ ਕੋਈ ਗਾਰਗੀ ਕੋਈ ਰਾਬੀਆ ਗਿਆਨ ਦੇ ਸੁੱਚੇ ਮੋਤੀ ਵੰਡੇ ਕੱਡ ਪਮਰ ਚੋ ਲਾਵੇ ਕੰਡੇ ਦੁਰਗਾ ਕੋਈ ਦੰਤ ਸੰਘਾਰੀ ਰਜ਼ੀਆ ਚਾਂਦ ਬੀਬੀ ਤੇ ਭਾਗੋ ਬਣ ਚਾਂਸੀ ਦੀ ਰਾਣੀ ਕੋਈ ਦੁਸ਼ਮਣ ਦੇ ਤਾਈ ਵੰਗਾਰੇ ਮੀਰਾ ਕੋਈ ਪ੍ਰੇਮ ਦੀਵਾਨੀ ਤੇ ਪੀਰੋ ਕੋਈ ਕਵਿਤਾ ਗਾਈ ਕੋਈ ਅਮ੍ਰਿਤਾ ਪ੍ਰੀਤਮ ਬਣ ਕੇ ਕਵਿਤਾ ਦਾ ਅੰਮ੍ਰਿਤ ਬਰਸਾਈ ਪਰਲ ਐਸ ਬਖਤੇ ਦੀਦੀ ਦਲੀਪ ਕੌਰ ਟਿਵਾਣਾ ਇਹਨਾਂ ਦਾ ਜੋ ਸਾਹਿਤ ਸਾਗਰ ਉਸ ਦਾ ਅੰਤ ਹੈ ਕਿਸ ਨੇ ਪਾਣਾ ਲੈਲਾ ਸੁੰਦਰਾ ਹੀਰ ਤੇ ਸੋਣੀ ਸੱਸੀ ਸਾਹਿਬਾਂ ਇਸ਼ਕ ਚ ਰੰਗੀਆਂ ਦੱਸ ਗਈਆਂ ਸਭ ਪਿਆਰ ਦੀ ਹੂਣੀ ਮੇਰੀ ਕਿਊਰੀ ਕਲਪਨਾ ਚਾਵਲਾ ਮੇਰੀ ਕਿਊਰੀ ਕਲਪਨਾ ਚਾਵਲਾ ਸੁਨੀਤਾ ਵਿਲੀਅਮ ਨੇ ਜੋ ਕੀਤਾ ਚੰਨ ਨੂੰ ਚਾਨਣ ਧਰਤੀ ਹੋਈ ਹਨੇਰਾ ਹੋਇਆ ਫੀਤਾ ਫੀਤਾ ਨਾਈਟਿੰਗੇਲ ਮਦਰ ਟੇਰੈਸਾ ਸੇਵਾ ਦਿਆ ਦੀਆਂ ਦੇਵੀਆਂ ਦੁਨੀਆਂ ਰੱਖੂ ਯਾਦ ਹਮੇਸ਼ਾ ਇਨ ਕੁੜੀਆਂ ਚੋਂ ਬਣ ਜਾਵੇ ਕੋਈ ਵੀ ਰਾਂਗਣ ਦੁਰਗਾ ਭਾਬੀ ਆਜ਼ਾਦੀ ਦੀ ਜੰਗ ਚ ਵੰਡਿਆ ਚਾਨਣ ਜਿਸ ਨੇ ਵੰਗ ਮਤਾਬੀ ਖਿਡਾਉ ਵਿਦਿਆ ਰਾਜਨੀਤੀ ਸੰਗੀਤ ਕਲਾ ਵਿੱਚ ਹਰ ਪਾਸੇ ਨੇ ਕੁੜੀਆਂ ਛਾਈਆਂ ਲੋਕੋ ਧੀਆ ਕਿਉਂ ਛੁਟਿਆਈਆਂ ਕਿਸ ਕਿਸ ਦੀਆਂ ਮੈਂ ਦੱਸਾਂ ਗੱਲਾਂ ਕੁਝ ਕੁੜੀਆਂ ਸੂਰਜ ਦੀਆਂ ਕਿਰਨਾ ਕੁਝ ਕੁੜੀਆਂ ਸਾਗਰ ਦੀਆਂ ਛੱਲਾ ਕਿਸ-ਕਿਸ ਦੀਆਂ ਮੈਂ ਦੱਸਾਂ ਗੱਲਾਂ ਕੁਝ ਕੁੜੀਆਂ ਸੂਰਜ ਦੀਆਂ ਕਿਰਨਾਂ ਕੁਝ ਕੁੜੀਆਂ ਸਾਗਰ ਦੀਆਂ ਛੱਲਾ ਧੰਨਵਾਦ ਕਵਿਤਾ ਭਗਤ ਸਿੰਘ ਨਾਲ ਕੁਝ ਗੱਲਾਂ ਭਗਤ ਸਿੰਘ ਤੇਰਾ ਸੁਪਨਾ ਤਾਂ ਭਾਰਤ ਦੀ ਆਜ਼ਾਦੀ ਤੇ ਸਮਾਜਵਾਦੀ ਇਨਕਲਾਬ ਸੀ ਭਗਤ ਸਿੰਘ ਤੇਰਾ ਸੁਪਨਾ ਤਾਂ ਭਾਰਤ ਦੀ ਆਜ਼ਾਦੀ ਤੇ ਸਮਾਜਵਾਦੀ ਇਨਕਲਾਬ ਸੀ ਇਹੀ ਸੁਪਨਾ ਤੇਥੋਂ ਪਹਿਲਾਂ ਲਿਆ ਸੀ ਸਰਬੇ ਨੇ ਵੋਰਾ ਆਜ਼ਾਦ ਰਾਜਗੁਰੂ ਸੁਖਦੇਵ ਤੇ ਤੂੰ ਕਰਨ ਲਈਏ ਸੁਪਨੇ ਨੂੰ ਸਾਕਾਰ ਬੀ ਗਏ ਸੀ ਹਸਕੇ ਸ਼ਹਾਦਤ ਦੇ ਜਾਮ ਪੰਜਾਬ ਦੇ ਸ਼ੇਰ ਢਿੰਗਰਾ ਤੇ ਉਦਮ ਸਿੰਘ ਵੀ ਹੋ ਗਏ ਸਨ ਏਸ ਸੁਪਨੇ ਲਈ ਕੁਰਬਾਨ ਪਰ ਅੱਜ ਤੇਰਾ ਸੁਪਨਾ ਅਧੂਰਾ ਹੀ ਨਹੀਂ ਲੀਰੋ ਲੀਰ ਹੋ ਚੁੱਕਾ ਹੈ ਹੁਣ ਨਹੀਂ ਰਹਾ ਤੇਰੇ ਸਮੇਂ ਦਾ ਤੇਰਾ ਪਿਆਰਾ ਹਿੰਦੁਸਤਾਨ ਮਜ਼ਹਬਾਂ ਦੇ ਨਾਂ ਤੇ ਹੋਈ ਵੰਡ ਦੇ ਸਦਕੇ ਬਣ ਗਏ ਨੇ ਬੰਗਲਾਦੇਸ਼ ਪਾਕਿਸਤਾਨ ਰਹਿ ਗਿਆ ਹੈ ਲੰਗੜਾ ਜਿਆ ਹਿੰਦੁਸਤਾਨ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਦੀ ਲਹੂ ਭਿੱਜੀ ਮਿੱਟੀ ਵਿੱਚ ਸਿਰਫ ਕਿਸੇ Hindu Sikh Musalman ਜਾਂ Isai ਦਾ خون ਨਹੀਂ ਸੀ ਡੁੱਲਿਆ ਉਸ ਵਿੱਚ ਤਾਂ ਭਾਰਤ ਦੀ ਆਜ਼ਾਦੀ ਦੇ ਪਰਵਾਨਿਆਂ ਦਾ ਸਾਂਝਾ ਲਹੂ ਸੀ ਪਰ ਤਰੰਦੇ ਨਾਂ ਤੇ ਸਰਹੱਦਾਂ ਦੇ આરਪਾਰ ਜੋ ਹੁੰਦਾ ਹੈ ਤੇ ਹੋਇਆ ਹੈ ਉਸ ਨੂੰ ਲਿਖਦੇ ਹਨ ਬੇਸ਼ਰਮ ਆਉਂਦੀ ਹੈ ਹੁਣ ਤਾਂ ਦੇਸ਼ ਦੀ ਆਜ਼ਾਦੀ ਦੇ ਸ਼ਹੀਦ ਵੀ ਮਜ਼ਹਬ ਇਲਾਕੇ ਦੇ ਨਾਂ ਤੇ ਵੰਡੇ ਜਾ ਰਹੇ ਨਹੀਂ ਪੰਜਾਬ ਵਿੱਚ ਕੀ ਸਾਰੇ ਹਿੰਦੁਸਤਾਨ ਵਿੱਚ ਬਹੁਤਿਆਂ ਨੂੰ ਸੁਖਦੇਵ ਤੇ ਰਾਜਗੁਰੂ ਦਾ ਕੁਝ ਪਤਾ ਨਹੀਂ ਦੁਰਗਾ ਭਾਬੀ ਨੂੰ ਕਿਸ ਨੇ ਜਾਣਣਾ ਹੈ ਤੇਰੀ ਸੋਚ ਤੇ ਪੈਰਾ ਦੇਣ ਵਾਲਿਆਂ ਦੇ ਹਤਿਆਰੀ ਸ਼ਹੀਦਾਂ ਦੇ ਬੁੱਤਾਂ ਤੇ ਹਰ ਸਾਲ ਹਾਰ ਜ਼ਰੂਰ ਪਾਉਂਦੇ ਹਨ ਹੋਰ ਤਾਂ ਹੋਰ ਕੈਪਟਨ ਲక్ష్ਮੀ ਸੈਗਲ ਨੂੰ ਵੀ ਹਰਾ ਦਿੱਤਾ ਹੈ ਦੰਬੀ ਨਾ ਸ਼ੁਕਰੇ ਸਿਆਸ ਦਾ ਨਾਨੀ ਉਹਨਾਂ ਨੂੰ ਤਾਂ ਧਰਮ ਦੇ ਨਾਂ ਤੇ ਵੋਟਾਂ ਚਾਹੀਦੀਆਂ ਸਨ ਉਹਨਾਂ ਨੇ ਤਾਂ ਗੁਜਰਾਤ ਵਿੱਚ 마ਸੂਮਾਂ ਤੇ નિર્ਦੋਸ਼ਾਂ ਦੇ ਖੂਨ ਦੇ ਕੀ ਡੀ ਹੋਲੀ ਤੇ ਬਹੁ ਬੇਟੀਆਂ ਦੀ ਜਬਰੀ ਲੁੱਟੀ ਪੱਤ ਦੇ ਦਾਗ ਧੋਣ ਦਾ ਪਰਪੰਚ ਰਚਨਾ ਸੀ ਕਦੀ ਪੰਜਾਬ ਸੜਿਆ ਸੀ ਦਿੱਲੀ ਉੱਤਰ ਪ੍ਰਦੇਸ਼ ਹਰਿਆਣਾ ਤੇ ਹੋਰ ਕੋਈ ਥਾਵਾਂ ਤੇ ਪੱਗ ਪੈਰਾਂ ਚ ਰੁਲੀ ਗਈ ਸੀ ਪਰ ਕਸ਼ਮੀਰ ਵਿੱਚ ਤਾਂ ਅਜੇ ਵੀ ਮੌਤ ਦੇ ਪੰਬੜ ਹਰ ਰੋਜ਼ ਬਲਦੇ ਨੇ ਹਾਂ ਤੇ ਮੈਂ ਤੈਨੂੰ ਦੱਸਾਂ ਪਹਿਲਾਂ ਪਹਿਲਾਂ ਮੁੰਡੇ ਕੁੜੀਆਂ ਤੇਰੀ ਘੋੜੀ ਗਾਉਂਦੇ ਸਨ ਬਾਰ ਹੋਣ ਲੱਛਰ ਸ਼ਲੀਲ ਗੀਤ ਸਾਡੇ ਘਰਾਂ 'ਚ ਆਵੜੇ ਨੇ ਤੂੰ ਤਾਂ ਸੋਚਿਆ ਸੀ ਕਿ ਤੇਰੀ ਸ਼ਹਾਦਤ ਬਾਦ ਸੁਹਾ ਇਨਕਲਾਬ ਆਵੇਗਾ ਰਾਜ ਸੱਤਾ ਕਿਰਤੀਆਂ ਮਜ਼ਦੂਰਾਂ ਦੇ ਹੱਥ ਹੋਵੇਗੀ ਪਰ ਅਜੇ ਤੱਕ ਅਜਿਆ ਕੁਝ ਨਹੀਂ ਹੋਇਆ ਉੱਲੂਆਂ ਇੱਲਾ ਗਿਰਜਾਂ ਗਿੱਦੜਾਂ ਲੂੰਬੜਾਂ ਤੇ ਬਗਿਆੜਾਂ ਨੇ ਸੱਤਾ ਹੱਥਿਆ ਲਈ ਹੈ ਤੇ ਹੁਣ ਫੇਰ ਆ ਰਹੇ ਨੇ ਸਾਮਰਾਜੀ ਵਪਾਰੀ ਬਹੁ ਕਰੋੜੀ ਕੰਪਨੀਆਂ ਲੈ ਕੇ ਸਾਡੀ ਕਿਰਤ ਤੇ ਕੁਦਰਤੀ ਖਜ਼ਾਨੇ ਲੁੱਟਣ ਲਈ ਸਾਡੇ ਹੁਕਮਰਾਨ ਦੇਸੀ ਦલાਲ ਉਹਨਾਂ ਨੂੰ ਖੁਦ ਸੱਦਾ ਦੇ ਰਹੇ ਨੇ ਪਰ ਮੈਨੂੰ ਯਕੀਨ ਹੈ ਕਿ ਭਾਰਤ ਦੀ ਧਰਤੀ ਬਾਝ ਨਹੀਂ ਹੈ ਇਸ ਝੋਂ ਫੇਰ ਤੇਰੇ ਤੇ ਤੇਰੇ ਸਾਥੀਆਂ ਜਏ ਲਾਲ ਉੱਠਣਗੇ ਇਨਕਲਾਬੀਆਂ ਦੀ ਪਹਿਲੀ ਫਸਲ ਉਗੇਗੀ ਪਰ ਭਗਤ ਸਿੰਘ ਅਸੀਂ ਹੁਣ ਉਹਨਾਂ ਨੂੰ ਸ਼ਹੀਦ ਨਹੀਂ ਹੋਣ ਦੇਵਾਂਗੇ ਸਾਨੂੰ ਸ਼ਹੀਦਾਂ ਦੀ ਨਹੀਂ ਸੰਗਰਾਮ ਵਿੱਚ ਨਿਰੰਤਰ ਸੇਧ ਦੇਣ ਵਾਲੇ ਸੂਰਜਾਂ ਦੀ ਲੋੜ ਹੈ ਸੰਗਰਾਮ ਵਿੱਚ ਨਿਰੰਤਰ ਸੇਧ ਦੇਣ ਵਾਲੇ ਸੂਰਜਾਂ ਦੀ ਲੋੜ ਹੈ ਸਰਦਾਰ ਕੁਲਵੰਤ ਜਗਰਾਉਂ ਦੀ ਸੁਖਿਕ ਸੱਚ ਦੇ ਸੰਮੁਖ ਦੀ ਅਗਲੀ ਕਵਿਤਾ ਹੈ ਸਰਾਪਿਆ ਯੁੱਗ ਅਸੀਂ ਇ ਕਿਹੋ ਜੇ ਸਰਾਪੇ ਯੁੱਗ ਚ ਜੀ ਰਹੇ ਹਾਂ ਕਿ ਸਾਡੇ ਹਿਰਦਿਆਂ ਚੋਂ ਮੁਹੱਬਤ ਦਇਆ ਦੇ ਚਸ਼ਮੇ ਸੁੱਕਦੇ ਜਾ ਰਹੇ ਨੇ ਖਤਮ ਹੁੰਦਾ ਜਾ ਰਿਹਾ ਹੈ ਸਾਡੇ ਮਨਾਂ ਚੋਂ ਮਾਪਿਆਂ ਵੱਡਿਆਂ ਦਾ ਆਦਰ ਛੋਟਿਆਂ ਲਈ ਮੋਹ ਕੁਰਬਾਨੀ ਦਾ ਜਜ਼ਬਾ ਪਤਾ ਨਹੀਂ ਕਿੱਦਾਂ ਉੱਡ ਗਿਆ ਹੈ ਭੁੱਲਦੇ ਜਾ ਰਹੇ ਹਾਂ ਅਸੀਂ ਫੁੱਲਾਂ ਬੂਟਿਆਂ ਜੀਵਾਂ ਜੰਤੂਆਂ ਤੇ ਕੁਦਰਤ ਨੂੰ ਪਿਆਰ ਕਰਨਾ ਅਸੀ ਤਾਂ ਸ਼ੋਰ ਨੂੰ ਹੀ ਸੰਗੀਤ ਸਮਝਣ ਲੱਗ ਪਈ ਹਾਂ ਮਰਦੇ ਜਾ ਰਹੀ ਨੇ ਸਾਡੇ ਦਿਲਾਂ ਚੋਂ ਕੂਲੇ ਜਜ਼ਬੇ ਤੇ ਅੰਬਰੀ ਸੁਪਨੇ ਹਿੰਸਾ ਨਫਰਤ ਈਰਖਾ ਅਸ਼ਲੀਲਤਾ ਤੇ ਲੋਭ ਨੇ ਬਣਾ ਲਿਆ ਹੈ ਸੋਚ ਸਾਡੀ ਨੂੰ ਗੁਲਾਮ ਅਸੀਂ ਤਾਂ ਹੁਣ ਇਨਸਾਨ ਤੋਂ ਰੋਬਟ ਕੰਪਿਊਟਰ ਮਸ਼ੀਨਾ ਬਣਦੇ ਜਾ ਰਹੇ ਹਾਂ ਜਿਨ੍ਹਾਂ ਨੂੰ ਦੌਲਤ ਰਾਜਸੀ ਸੱਤਾ ਦੇ ਲੋਭੀ ਜਿਵੇਂ ਚੌਣ ਮੂਵੀਂ ਦੇ ਚੌਂਦੇ ਹਨ ਅਸੀਂ ਕਿਹੋ ਜੇ ਸਰਾਪੇ ਯੁੱਗ 'ਚ ਜੀ ਰਹੇ ਹਾਂ ਕਿ ਆਪਣਾ ਆਪਾ ਤੇ ਆਪਣਿਆਂ ਨੂੰ ਹੀ ਭੁੱਲਦੇ ਜਾ ਰਹੀ ਹਾਂ ਆਪਣਾ ਆਪਾ ਤੇ ਆਪਣਿਆਂ ਨੂੰ ਹੀ ਭੁੱਲਦੇ ਜਾ ਰਹੀ ਹਾਂ ਧੰਵਾਦ ਕਵਿਤਾ ਹੈ ਅਖੋਤੀ ਸਮਾਜ ਸੇਵਕਾ ਮਾ ਉ ਮੰਗੇ ਕੀਮਤੀ ਲਿਬਾਸ ਵਿੱਚ ਬਣਠਣ ਏਸੀ ਕਾਰਾਂ ਚ ਬੈਠ ਸ਼ਹਿਰ ਦੀਆਂ ਗੰਦੀਆਂ ਬਸਤੀਆਂ 'ਚ ਜਾ ਕੇ ਕੁਝ ਚਗਲੇ ਵਸਤਰ ਤੇ ਕੰਬਲ ਦੇ ਆਉਂਦੀਆਂ ਹਨ ਜਾਂ ਕਿਸੇ ਜਲਸੇ 'ਚ ਮਜ਼ਦੂਰ ਔਰਤਾਂ ਦੇ ਸ਼ੋਸ਼ਣ ਬਾਰੇ ਲੱਛੇਦਾਰ ਭਾਸ਼ਣ ਝਾੜ ਆਉਂਦੀਆਂ ਹਨ ਉਹਨਾਂ ਦੀਆਂ ਤਸਵੀਰਾਂ ਦੇ ਬਿਆਨ ਛਪ ਜਾਂਦੇ ਨਹੀਂ ਅਗਲੇ ਦਿਨ ਅਖਬਾਰਾਂ ਵਿੱਚ ਇਨਾਂ ਅਖੌਤੀ ਸਮਾਜ ਸੇਵਕਾਂਾਂ ਦੀ ਮੁਠੀ ਛੁੰਦੇ ਨੇ ਪੱਤਰਕਾਰ ਲੀਡਰ ਤੇ ਉੱਚ ਅਧਿਕਾਰੀ ਜਿਨ੍ਹਾਂ ਨੂੰ ਖੁਸ਼ ਕਰਨ ਦੇ ਇਹ ਸਭ ਟੰਗ ਜਾਣਦੀਆਂ ਹਨ ਰੂੜੀ ਕੁੱਟਦੀਆਂ ਪੱਠਿਆਂ ਲਈ ਇੱਟਾਂ ਪੱਥਰ ਦੀਆਂ ਇਟਾਂ ਢੋਂਦੀਆਂ ਸੜਕਾਂ ਤੇ ਲੁੱਕ ਪਾਉਂਦੀਆਂ ਕਾਰਖਾਨਿਆਂ ਚ ਕੰਮ ਕਰਦੀਆਂ ਤਿਲ ਤਿਲ ਮਰਦੀਆਂ ਘਰਾਂ ਚ ਭਾਂਡੇ ਮਾਂਜਦੀਆਂ ਪੋਚੇ ਲਾਉਂਦੀਆਂ ਕੂੜਾ ਢੋਂਦੀਆਂ ਕੁੜੀਆਂ ਤੇ ਔਰਤਾਂ ਦੀ ਦੁਰਦਸ਼ਾ ਤੇ ਮਗਰ ਮੱਚਦੇ ਹੰਝੂ ਵਹਾਉਂਦੀਆਂ ਕੁਲੀਨ ਵਰਗ ਦੀਆਂ ਇਹ ਸਿਆਸੀ ਸਮਾਜ ਸੇਵਕਾਵਾਂ ਕਲੱਬਾਂ 'ਚ ਬੈਠੀਆਂ ਜੂਆ ਖੇਡਦੀਆਂ ਆਪਣੇ ਡੌਗੀ ਤੁਰ ਲੈ ਕੇ ਇੱਕ ਦੂਜੀ ਦੇ ਮੰਤਰੀਆਂ ਨਾਲ ਜੁੜੇ ਕਿਸਿਆਂ ਦੇ ਚਟਖਾਰੇ ਲੈਂਦੀਆਂ ਰਹਿੰਦੀਆਂ ਹਨ ਧੰਵਾਦ ਅਗਲੀ ਕਵਿਤਾ ਹੈ ਸੱਦਾਮ ਹੁਸੈਨ ਸੱਦਾਮ ਹੁਸੈਨ ਤੂੰ ਲੜਿਆ ਸੀ ਆਪਣੀ ਪਿਆਰੀ ਦੇਸ਼ ਇਰਾਕ ਦੀ ਰੱਖਿਆ ਲਈ ਆਪਣੀ ਲੋਕਾਂ ਦੀ ਆਨ ਸ਼ਾਨ ਆਜ਼ਾਦੀ ਲਈ ਸ਼ਹੀਦੀ ਬਾਰੇ ਮੈਂ ਬੜਾ ਕੁਝ ਪੜਿਆ ਤੇ ਸੁਣਿਆ ਸੀ ਪਰ ਜਿਵੇਂ ਤੂੰ ਬੇਖੌਫ ਹੋ ਖੁਦ ਚਲ ਕੇ ਫਾਂਸੀ ਦੇ ਤਖਤੇ ਵੱਲ ਗਿਆ ਸੀ ਮੈਂ ਐਸਾ ਕੋਈ ਬਹਾਦਰ ਇਨਸਾਨ ਨਹੀਂ ਵੇਖਿਆ ਮੌਤ ਤੋਂ ਕੁਝ ਸਕਿੰਟ ਪਹਿਲਾਂ ਵੀ ਤੇਰੇ ਚਿਹਰੇ ਤੇ ਜلال ਸੀ ਸਾਮਰਾਜੀਆਂ ਤੇ ਗੱਦਾਰਾਂ ਲਈ ਗੁੱਸਾ ਸੀ ਅੱਲਾਹ ਕੇ ਦੁਆ ਕਰਕੇ ਤੂੰ ਫਾਂਸੀ ਦੇ ਫੰਦੇ ਨੂੰ ਜਿਵੇਂ ਆਪਣੇ ਗਲ ਪਵਾਇਆ ਉਸ ਨੂੰ ਵੇਖ ਕੇ ਤੇਰੀ ਸ਼ਹਾਦਤ ਅੱਗੇ ਲੱਖਾਂ ਕਰੋੜਾਂ ਲੋਕਾਂ ਦੇ ਸਿਰ ਤੇਰੀ ਅਜ਼ਮਤ ਅੱਗੇ ਝੁਕ ਗਏ ਤੂੰ ਤਾਂ ਮਰ ਕੇ ਵੀ ਅਮਰ ਹੋ ਗਿਆ ਤੇ ਬਣ ਗਿਆ ਆਪਣੇ ਦੇਸ਼ ਵਾਸੀਆਂ ਦਾ ਮਹਾਨਾਇਕ ਤੇਰੀ ਸ਼ਹਾਦਤ ਨੇ ਬੁਸ਼ ਕਲਿੰਟਨ ਦੇ ਚਿਹਰੇ ਤੇ ਐਸੀ ਕਾਲਖ ਮਲ ਦਿੱਤੀ ਹੈ ਜੋ ਕਦੀ ਨਹੀਂ ਉਤਰਨੀ ਸਾਮਰਾਜੀਆਂ ਦੇ मंसूਬੇ ਤਾਂ ਪਹਿਲਾਂ ਹੀ ਨੰਗੇ ਹੋ ਚੁੱਕੇ ਹਨ ਉਹਨਾਂ ਨੇ ਤੇਰੇ ਤੇ ਜੋ ਇਲਜ਼ਾਮ ਲਾਏ ਸਨ ਸਭ ਝੂਠ ਸਨ ਇਹ ਤਾਂ ਸਭ ਹਮਲੇ ਦਾ ਬਹਾਨਾ ਸਨ ਤੇਰੇ ਦੇਸ਼ ਨੂੰ ਉਹਨਾਂ ਨੂੰ ਨਹੀਂ ਮਿਲਿਆ ਕੋਈ ਵੀ ਰਸਾਇਣਿਕ ਬੰਬ ਮਨੁੱਖੀ ਅਧਿਕਾਰਾਂ ਦੀ ਰਾਖੀ ਦੀ ਗੱਲ ਕਰਨ ਵਾਲੇ ਅਮਰੀਕੀਆਂ ਨੇ ਤਾਂ ਯੁੱਧ ਵਿੱਚ ਸਕੂਲਾਂ ਹਸਪਤਾਲਾਂ ਨੂੰ ਵੀ ਨਹੀਂ ਬਖਸ਼ਿਆ ਪਰ ਉਹ ਯੁੱਧ ਜਿੱਤ ਕੇ ਵੀ ਹਾਰ ਚੁੱਕੇ ਹਨ ਤੇਰੇ ਵਾਰਿਸ ਅੱਜ ਵੀ ਲੜ ਰਹੇ ਨੇ ਤੇ ਉਹ ਦਿੰਦੂਰ ਨਹੀਂ ਜਦੋਂ ਤੇਰੇ ਦੇਸ਼ ਤੇ ਤੇਲ ਪੰਡਾਰਾਂ ਤੇ ਕਬਜ਼ਾ ਕਰਨ ਵਾਲੇ ਕਮੀਨੇ ਲੋਬੀ ਜੰਗਬਾਜ਼ ਦਮ ਦਬਾ ਕੇ ਭੱਜ ਜਾਣਗੇ ਤੇ ਦੇਸ਼ ਚ ਇਹਨਾਂ ਦੀ ਸ਼ਹਿ ਤੇ ਮਿਲੀ ਭੁਗਤ ਨਾਲ ਗੱਦੀ ਤੇ ਬੈਠੇ ਗੱਦਾਰਾਂ ਦਾ ਲੋਕ ਤਖਤਾ ਪਾਲਤ ਦੇਣਗੇ ਫਿਰ ਤੇਰੀ ਜੈ ਜੈਕਾਰ ਹੋਵੇਗੀ ਤੇਰੇ ਬੁੱਤ ਨੂੰ ਲੋਕ ਪੂਜਿਆ ਕਰਨਗੇ ਫਿਰ ਤੇਰੀ ਜੈ ਜੈਕਾਰ ਹੋਵੇਗੀ ਤੇਰੇ ਬੁੱਤ ਨੂੰ ਲੋਕ ਪੂਜਿਆ ਕਰਨਗੇ ਧੰਨਵਾਦ ਅਗਲੀ ਕਵਿਤਾ ਹੈ ਨਵਾਂ ਸੂਰਜ ਚੜਨ ਤੋਂ ਪਹਿਲਾਂ ਉਹ ਦੇਖ ਜਿਸ ਦੀ ਜਸੂਸੀ ਦਾ ਜਾਲ ਧਰਤ ਤੋਂ ਅੰਬਰ ਤੱਕ ਫੈਲਿਆ ਹੋਇਆ ਹੈ ਉਹ ਦੇਸ਼ ਜਿਸ ਦੀ ਜਸੂਸੀ ਦਾ ਜਾਲ ਧਰਤ ਤੋਂ ਅੰਬਰ ਤੱਕ ਫੈਲਿਆ ਹੋਇਆ ਹੈ ਤੇ ਜੋ ਹਰ ਦੇਸ਼ ਦੇ ਕੌਮੀ ਸਾਧਨਾ ਤੇ ਕਬਜ਼ਾ ਕਰਨ ਲਈ ਛੜਯੰਤਰਹੀ ਨਹੀਂ ਰਚਦਾ ਬੰਬਾਂ ਦੀ ਵਰਖਾ ਵੀ ਕਰ ਦਿੰਦਾ ਹੈ ਆਪਣੇ ਆਪ ਨੂੰ ਮਨੁੱਖ ਅਧਿਕਾਰਾਂ ਦਾ ਸਭ ਤੋਂ ਵੱਡਾ ਰਖਵਾਲਾ ਵੀ ਅਖਵਾਉਂਦਾ ਹੈ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਦੇਣਾ ਉਹ ਆਪਣਾ ਹੱਕ ਸਮਝਦਾ ਹੈ ਉਹ ਸਮਝਦਾ ਹੈ ਕਿ ਰੂਸਤੀ ਇਕਤਾ ਨੂੰ ਤੋੜ ਕੇ ਉਸਨੇ ਸਮਾਜਵਾਦ ਦਾ ਅੰਤ ਕਰ ਦਿੱਤਾ ਹੈ ਪਰ ਇਹ ਉਹਦੀ ਭੁੱਲ ਹੈ ਸਮਾਜਵਾਦ ਨੇ ਪੂੰਜੀਵਾਦ ਹੱਥੋਂ ਕਦੇ ਨਹੀਂ ਹਾਰਨਾ ਦੂਜਿਆਂ ਨੂੰ ਤੋੜਨ ਵਾਲੀ ਸਾਮਰਾਜ ਸ਼ਕਤੀ ਨੇ ਦੂਜਿਆਂ ਨੂੰ ਤੋੜਨ ਵਾਲੀ ਸਾਮਰਾਜੀ ਸ਼ਕਤੀ ਨੇ ਆਪਣੇ ਹੀ ਭਾਰ ਹੇਠ ਅਵਸ਼ ਟੁੱਟ ਜਾਣਾ ਹੈ ਏਸ਼ੀਆ ਚੋਕਦੀ ਬੁੱਧ ਈਸਾ ਮੁਹੰਮਦ ਨਾਨਕ ਇੱਕ ਨਹੀਂ ਚਾਰ ਸੂਰਜ ਉਦੈ ਹੋਏ ਸਨ ਜਿਨ੍ਹਾਂ ਨੇ ਅੰਧਕਾਰ ਮਿਟਾ ਦਿੱਤਾ ਸੀ ਹੁਣ ਫੇਰ ਨਵਾਂ ਰਾਜਸੀ ਸ਼ਕਤੀ ਦਾ ਸੂਰਜ ਵੀ ਏਸ਼ੀਆ ਚੋ ਚੜੇਗਾ ਜੋ ਪੱਛਮ ਦਾ غرੂਰ ਤੋੜ ਦੇਵੇਗਾ ਹੁਣ ਫੇਰ ਨਵਾਂ ਰਾਜਸੀ ਸ਼ਕਤੀ ਦਾ ਸੂਰਜ ਵੀ ਏਸ਼ੀਆ ਚੋ ਚੜੇਗਾ ਜੋ ਪੱਛਮ ਦਾ غرੂਰ ਤੌਰ ਦੇਵੇਗਾ ਤਨਵਾਦ ਸਰਦਾਰ ਕੁਲਵੰਤ ਜਗਰਾਉਂਦੀ ਪੁਸਤਕ ਸੱਚ ਦੇ ਸਨੁਖ ਦੀ ਕਵਿਤਾ ਹੈ ਖੂਨੀ ਖਲਨਾਇਕ ਕਿੰਨੇ ਮੂਰਖ ਹਨ ਉਹ ਇਤਿਹਾਸਕਾਰ ਕਿੰਨੇ ਮੂਰਖ ਹਨ ਉਹ ਇਤਿਹਾਸਕਾਰ ਜੋ ਲੱਖਾਂ ਲੋਕਾਂ ਦੇ ਕਾਤਲਾਂ ਲੁੱਟੇਰੀਆਂ ਖੋਨੀ ਖਲ ਨਾਇਕਾਂ ਨੂੰ ਮਹਾਨ ਲਿਖੇ ਜਾ ਰਹੀ ਹਨ ਸਿਕੰਦਰ ਕਦੀ ਵੀ ਮਹਾਨ ਨਹੀਂ ਹੋ ਸਕਦਾ ਉਸਨੇ ਤਾਂ ਕਰ ਦਿੱਤੀਆਂ ਸਨ ਹਜ਼ਾਰਾਂ ਔਰਤਾਂ ਵਿਧਵਾ ਹਜ਼ਾਰਾਂ ਬਜ਼ੁਰਗਾਂ ਦੀਆਂ ਡੰਗੋਰੀਆਂ ਉਹਨਾਂ ਦੇ ਪੁੱਤਰ ਮਾਰ ਦਿੱਤੇ ਸਨ ਅਣਗਿਣਤ ਬੱਚਿਆਂ ਤੋਂ ਉਨ੍ਹਾਂ ਦੇ ਬਾਪ ਦਾ ਸਹਾਰਾ ਕੋਲਿਆ ਸੀ ਇਸ ਤਨ ਦੌਲਤ ਦੇ ਲੋਭੀ ਦਰਿੰਦੇ ਨੇ ਉਜਾੜ ਦਿੱਤੇ ਸਨ ਲੱਖਾਂ ਹੀ ਹੱਸਦੇ ਵਸਤੇ ਕਰ ਚੰਗੇਜ਼ ਹਲਾਕੂ ਤੈਮੂਰ ਬਾਬਰ ਨਾਦਰ ਸ਼ਾ ਅਬਦਾਲੀ ਸਭ ਮਨੁੱਖਤਾ ਦੇ ਕਾਤਿਲ ਸਨ ਅਸ਼ੋਕ ਨੇ ਵੀ ਖੂਨ ਦੇ ਦਰਿਆ ਵਹਾਇ ਸੰ ਤੇ ਲਾਸ਼ਾਂ ਦੇ ਢੇਰ ਲਾ ਕੇ ਉਹ ਬੁੱਧੀ ਬਣਿਆ ਸੀ ਮੇਰੇ ਦਿਲ ਨੇ ਤਾਂ ਉਸ ਨੂੰ ਵੀ ਕਦੇ ਮਹਾਨ ਨਹੀਂ ਮੰਨਿਆ ਉਸ ਦੀ ਸਮਰਾਜੀ ਹਵਸ ਕਾਰਨ ਹੀ ਕਲਿੰਗਾ ਦੀ ਲੜਾਈ ਵਿੱਚ ਆਪਣੇ ਰਾਜ ਦੀ ਰੱਖਿਆ ਕਰਦੇ ਸ਼ਹੀਦ ਹੋ ਗਏ ਸਾਂ ਉੱਥੋਂ ਦੇ ਹਜ਼ਾਰਾਂ ਯੋਧੇ ਇਸ ਘਣਾਉਣੇ ਕਾਰੇ ਦਾ ਜ਼ਿੰਮੇਵਾਰ ਅਸ਼ੋਕ ਨਹੀਂ ਤਾਂ ਹੋਰ ਕੌਣ ਸੀ ਉਹਦੇ ਬੁੱਧੀ ਬਣਨ ਨਾਲ ਉਹਦੇ ਬੁੱਧੀ ਬਣਨ ਨਾਲ ਵਿਧਵਾਵਾਂ ਸੁਹਾਗਣਾ ਤਾਂ ਨਹੀਂ ਸੰ ਹੋ ਗਈਆਂ ਹਿਟਲਰ ਹੀ ਨਹੀਂ ਹਿਰੋਸ਼ੀਮਾ ਤੇ ਨਾਗਾਸਾਕੀ ਵਿੱਚ ਐਟਮ ਬੰਬ ਸੁੱਟਣ ਦੇ ਹੁਕਮ ਦੇਣ ਵਾਲਾ ਮਹਾਪਾਪੀ ਵੀ ਮਨੁੱਖਤਾ ਦਾ ਹਤਿਆਰਾ ਸੀ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਲਈ ਸਟਾਲਿਨ ਵੱਲੋਂ ਕੀਤੀਆਂ ਹਿੰਸਕ ਕਾਲੀਆਂ ਕਰਤੂਤਾਂ ਕਾਰਨ ਉਹਦਾ ਚਿਹਰਾ ਵੀ ਮੈਨੂੰ ਬੜਾ ਕਰੂਪ ਲੱਗਦਾ ਹੈ ਮੈਂ ਤਾਂ ਬੁੱਧ ਈਸਾ ਰਵਿਦਾਸ ਕਬੀਰ ਨਾਨਕ ਨੂੰ ਹੀ ਮਹਾਨ ਮੰਨਦਾ ਹਾਂ ਜਿਨ੍ਹਾਂ ਨੇ ਦੁਨੀਆ ਨੂੰ ਸੱਚ ਨੇਕੀ ਦਇਆ ਦਾ ਪੈਗਾਮ ਦਿੱਤਾ ਹੈ ਧੰਨਵਾਦ ਕਵਿਤਾ ਹੈ ਕਟਪੁਤਲੀਆਂ ਕਟਪੁਤਲੀਆਂ ਨੱਚ ਰਹੀਆਂ ਹਨ ਪਰਦੇ ਦੇ ਪਿੱਛੇ ਬੈਠਾ ਕੋਈ ਆਪਣੀ ਮਰਜ਼ੀ ਮੁਤਾਬਕ ਜਿਵੇਂ ਚਾਵੇ ਨਚਾਰਿਆ ਹੈ ਉਹਨਾਂ ਨੂੰ ਕਟ ਪੁਤਲੀਆਂ ਨੱਚ ਰਹੀਆਂ ਹਨ ਪਰਦੇ ਦੇ ਪਿੱਛੇ ਬੈਠਾ ਕੋਈ ਆਪਣੀ ਮਰਜ਼ੀ ਮੁਤਾਬਕ ਜਿਮੀ ਚਾਹੀ ਨਚਾ ਰਿਆ ਹੈ ਉਹਨਾਂ ਨੂੰ ਕਿਸੇ ਪੁਤਲੀ ਨੂੰ ਉਸਨੇ ਰਾਜਾ ਕਿਸੇ ਨੂੰ ਰਾਣੀ ਕਿਸੇ ਨੂੰ ਗੋਲੀ ਕਿਸੇ ਨੂੰ ਵਜ਼ੀਰ ਕਿਸੇ ਨੂੰ ਅਹਿਲਕਾਰ ਕਿਸੇ ਨੂੰ ਪਿਆਦਾ ਕਿਸੇ ਨੂੰ ਹਾਥੀ ਕਿਸੇ ਨੂੰ ਘੋੜਾ ਤੇ ਕਿਸੇ ਨੂੰ ਸ਼ੇਰ ਬਣਾਇਆ ਹੋਇਆ ਹੈ ਰਾਜਾ ਤੇ ਰਾਣੀ ਸੋਚਦੇ ਹਨ ਕਿ ਉਹਨਾਂ ਦਾ ਹੀ ਸਭ ਤੇ ਰਾਜ ਹੈ ਤੇ ਵਜ਼ੀਰ ਤੇ ਅਹਿਲਕਾਰ ਸੋਚਦੇ ਹਨ ਕਿ ਸਭ ਉੱਤੇ ਉਹਨਾਂ ਦਾ ਹੀ ਹੁਕਮ ਚੱਲਦਾ ਹੈ ਪਰ ਕਟਕ ਪੁਤਲੀਆਂ ਦਾ ਤਮਾਸ਼ਾ ਕਰਨ ਵਾਲਾ ਜਦ ਚਾਹੇ ਰਾਜਾ ਬਦਲ ਦਿੰਦਾ ਹੈ ਪਰਦੇ ਪਿੱਛੇ ਵੀ ਇੱਕ ਹੋਰ ਪਰਦਾ ਹੈ ਤਮਾਸ਼ਾ ਕਰਨ ਵਾਲੇ ਨੂੰ ਕੁਝ ਹੋਰ ਲੋਕ ਨਚਾ ਰਹੀ ਹਨ ਜਿਨ੍ਹਾਂ ਦੇ ਹੱਥ ਵਿੱਚ ਧਨ ਦੌਲਤ ਦੀ ਤਾਕਤ ਹੈ ਚਿੱਟੀਆਂ ਗੇਰੂ ਨੀਲੀਆਂ ਹਰੀਆਂ ਲਾਲ ਪੀਲੀਆਂ ਸਭ ਪੁਤਲੀਆਂ ਦੇ ਮਾਲਕ ਹਨ ਸਭ ਪੁਤਲੀਆਂ ਦੇ ਮਾਲਕ ਧਨ ਕੁਬੇਰਾ ਦੇ ਗੁਲਾਮ ਹਨ ਸਬ ਕਟ ਪੁਤਲੀਆਂ ਵਾਲੇ ਮੁਠੀ ਪਰ ਪੂੰਜੀ ਪਤੀਆਂ ਦੇ ਆਸਰੇ ਹਨ ਪੁਤਲੀਆਂ ਆਪਸ ਵਿੱਚ ਲੜਦੀਆਂ ਹਨ ਜਿਵੇਂ ਜਿਵੇਂ ਕੋਈ ਉਹਨਾਂ ਨੂੰ ਲੜਾਉਂਦਾ ਹੈ ਬੜੀ ਦੇਰ ਤੋਂ ਅਸੀਂ ਕਟ ਪੁਤਲੀਆਂ ਦਾ ਤਮਾਸ਼ਾ ਦੇਖ ਰਹੇ ਹਾਂ ਤਮਾਸ਼ਾ ਵੇਖਦੇ ਵੇਖਦੇ ਹੁਣ ਤਾਂ ਖੁਦ ਹੀ ਕਟ ਪੁਤਲੀ ਬਣ ਗਏ ਹਾਂ ਤਮਾਸ਼ਾ ਵੇਖਦੇ ਵੇਖਦੇ ਹੁਣ ਤਾਂ ਖੁਦ ਹੀ ਕੱਟ ਪੁਤਲੀ ਬਣ ਗਏ ਹਾਂ ਧੰਨਵਾਦ ਕਵਿਤਾ ਹੈ ਮੈਨੀ ਬੋਲਾਂਗਾ ਟੂਟ ਮੇਰੇ ਆਸੇ ਪਾਸੇ ਜੋ ਜਹਾਲਤ ਦਾ ਨੰਗਾ ਨਾਚ ਨੱਚਿਆ ਜਾ ਰਿਹਾ ਹੈ ਉਸ ਨੂੰ ਵੇਖਦੇ ਹੋਏ ਮੇਰਾ ਦੇਸ਼ ਮਹਾਨ ਕਹਿਣ ਦਾ ਕੁਫਰ ਮੈਂ ਹੁਣ ਕਦੀ ਨਹੀਂ ਤੋਲਾਂਗਾ ਤੁਸੀਂ ਮੈਨੂੰ ਗद्दार ਕਹੋ ਜੋ ਮਰਜ਼ੀ ਕਹੋ ਗੋਲੀ ਮਾਰ ਦਿਓ ਸੱਚ ਕਹਿਣ ਬਦਲੇ ਮੈਨੂੰ ਜੋ ਮਰਜ਼ੀ ਸਜ਼ਾ ਦਿਓ ਪਰ ਮੈਂ ਆਪਣੇ ਦੇਸ਼ ਦੀ ਝੂਠੀ ਮਹਾਨਤਾ ਦਾ ਗੁਣ ਗਾਣ ਨਹੀਂ ਗਾਵਾਂਗਾ ਜਿੱਥੇ ਧੀਆਂ ਨੂੰ ਕੁੱਕ ਵਿੱਚ ਛੀ ਜੰਮਣ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਜਿੱਥੇ ਧੀਆ ਨੂੰ ਕੁੱਖ ਵਿੱਚ ਹੀ ਜੰਮਣ ਤੋਂ ਪਹਿਲਾਂ ਮਾਰ ਦਿੱਤਾ ਜਾਂਦਾ ਹੈ ਜਿੱਥੇ ਬਾਪ ਮਾਸੂਮ ਬਾਲੜੀਆਂ ਨਾਲ ਬਲਾਤਕਾਰ ਕਰਕੇ ਉਹਨਾਂ ਨੂੰ ਕਰ ਦਿੰਦੇ ਹੀ ਹਨ ਲਹੂ ਲੁਹਾਨ ਜਿੱਥੇ ਕਿਸੇ ਹੋਰ ਜਾਤ ਵਿੱਚ ਧੀ ਵੱਲੋਂ ਕਰਵਾਏ ਵਿਆਹ ਕਾਰਨ ਉਸ ਨੂੰ ਤੇ ਉਸਤੇ ਬੇਕਸੂਰ ਪਤੀ ਨੂੰ ਕਰ ਦਿੱਤਾ ਜਾਂਦਾ ਹੈ ਕਤਲ ਜਿੱਥੇ ਧਨ ਦੌਲਤ ਜ਼ਮੀਨ ਜਾਇਦਾਦ ਖਾਤਰ ਸਾਰੇ ਦੇ ਸਾਰੇ ਪਰਿਵਾਰ ਨੂੰ ਉਹਨਾਂ ਦੇ ਸਕੇ ਸੰਬੰਧੀ ਕਰ ਦਿੰਦੇ ਨੇ ਖਤਮ ਜਿੱਥੇ ਫਿਰੋਤੀ ਲਈ ਮਾਸੂਮ ਬੱਚਿਆਂ ਨੂੰ ਅਗਵਾ ਕਰ ਉਹਨਾਂ ਨਾਲ ਕੁਕਰ ਮੁਕਰ ਮਾਰ ਦਿੱਤਾ ਜਾਂਦਾ ਹੈ ਉਹ ਦੇਸ਼ ਕਿਵੇਂ ਮਹਾਨ ਹੋ ਸਕਦਾ ਹੈ ਜਿਸ ਦੇਸ਼ ਵਿੱਚ ਅੱਦੀਓ ਅੱਜ ਵੀ ਵੱਧ ਲੋਕਾਂ ਨੂੰ ਆਜ਼ਾਦੀ ਦੇ 60 ਸਾਲ ਬਾਅਦ ਵੀ ਦੋ ਵੇਲੇ ਰਜਵੀ ਰੋਟੀ ਨਸੀਬ ਨਹੀਂ ਹੁੰਦੀ ਇਹ ਲਾਜ ਤੇ ਦਵਾਈ ਬਿਨਾ ਮਰੀਜ਼ ਤੜਪ ਤੜਪ ਮਰ ਜਾਂਦੇ ਹਨ ਜਿੱਥੇ ਹਰ ਰੋਜ਼ ਕਿਧਰੇ ਨਾ ਕਿਧਰੇ ਧਰਮ ਦੇ ਨਾਂ ਤੇ ਹੁੰਦੇ ਰਹਿੰਦੇ ਨੇ ਦੰਗੇ ਬੰਬ ਧਮਾਕੇ ਜਿੱਥੇ ਵੱਲਦੇ ਨੇ ਵੈਸ਼ਤ ਦੇ ਪਾਂਭੜ ਤੁਸੀਂ ਹੀ ਦੱਸੋ ਉਹ ਦੇਖ ਕਿਵੇਂ ਮਹਾਨ ਹੋ ਸਕਦਾ ਹੈ ਜਿੱਥੇ ਅਪਰਾਧੀ ਹੁਕਮਰਾਨ ਵੋਟਾਂ ਖਾਤਰ ਲੋਕਾਂ ਦੇ ਮਨਾਂ ਵਿੱਚ ਫਿਰਕਾ ਪ੍ਰਸਤੀ ਕੱਟੜ ਤਾਦਾ ਖੋਲਦੇ ਨੇ ਜ਼ਹਿਰ ਰਿਸ਼ਵਤ ਬਿਨਾ ਕੋਈ ਕੰਮ ਨਹੀਂ ਹੁੰਦਾ ਰਾਜ ਸੱਤਾ 'ਚ ਬਿਰਾਜਮਾਨ ਨੇਤਾ ਕਰੋੜਾਂ ਅਰਬਾਂ ਦੇ ਕਰਦੇ ਨੇ ਕੱਪੜੇ ਉਸ ਦੇਸ਼ ਨੂੰ ਮਹਿਮਾਨ ਕਿਵੇਂ ਕਹਾ ਮਿਜ਼ਾਈਲਾ ਬੰਬ ਬਣਾਉਣ ਨਾਲ ਉੱਚੀਆਂ ਅੰਬਰ ਨੂੰ ਛੋਣ ਵਾਲੀਆਂ ਇਮਾਰਤਾਂ ਬਣ ਜਾਣ ਨਾਲ ਤੇ ਕੁਝ ਪੂੰਜੀਪਤੀਆਂ ਦੇ ਸੰਸਾਰ ਦੇ ਸਭ ਤੋਂ ਵੱਧ ਅਮੀਰਾਂ ਦੇ ਸੋਚੀ ਵਿੱਚ ਆਉਣ ਨਾਲ ਹੀ ਕੋਈ ਦੇਸ਼ ਮਹਾਨ ਕਿਵੇਂ ਹੋ ਸਕਦਾ ਹੈ ਜਿੱਥੇ ਅੰਦਾਜ਼ਾ ਕਰਦੇ ਨੇ ਖੁਦਕੁਸ਼ੀ ਪੜ ਨਹੀਂ ਸਕਦੇ ਗਰੀਬਾਂ ਦੇ ਬੱਚੇ ਬੇਰੋਜ਼ਗਾਰੀ ਦੇ ਸਤਾਏ ਨੌਜਵਾਨ ਅਪਰਾਧੀਆਂ ਦੇ ਜਾਲ 'ਚ ਫਸ ਜਾਂਦੇ ਹਨ ਜਿੱਥੇ ਨਸ਼ਿਆਂ ਵਿੱਚ ਗਰਗ ਹੁੰਦੀ ਜਾ ਰਹੀ ਹੈ ਜਵਾਨੀ ਦੇਸ਼ ਦਾ ਦਿਮਾਗ ਕੌਮੀ ਸਰਮਾਇਆ ਹਰ ਹਿੱਲੇ ਵਸੀਲੇ ਲੱਖਾਂ ਰੁਪਏ ਬਰਬਾਦ ਕਰਕੇ ਜਾ ਰਿਹਾ ਹੈ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਤੋਂ ਸਹੀ ਫੈਸਲਾ ਕਰੋ ਕਿ ਆਪਣੇ ਦੇਸ਼ ਦੀ ਵਰਤਮਾਨ ਦਸ਼ਾ ਵੇਖ ਕੇ ਮੈਂ ਉਸ ਨੂੰ ਮਹਾਨ ਕਿਵੇਂ ਕਹਿ ਸਕਦਾ ਹਾਂ ਮੈਂ ਉਸ ਨੂੰ ਮਹਾਨ ਕਿਵੇਂ ਕਹਿ ਸਕਦਾ ਹਾਂ ਧੰਨਵਾਦ ਕਵਿਤਾ ਹੈ ਸਿਆਸਤ ਸਿਆਸਤ ਹੁਣ ਦੇਸ਼ ਭਗਤਾਂ ਲੋਕ ਸੇਵਕਾਂ ਨੇਕ ਇਨਸਾਨਾਂ ਵਿਦਵਾਨਾਂ ਦੇ ਹੱਥਾਂ ਚੋਂ ਨਿਕਲ ਕੇ ਅਪਰਾਧੀਆਂ ਰਿਸ਼ਵਤ ਖੋਰਾ ਬੇਈਮਾਨਾਂ ਧਨ ਕੁਬੇਰਾਂ ਦੀ ਰਖੇਲ ਬਣ ਚੁੱਕੀ ਹੈ ਉਹ ਇਹਨੂੰ ਜਿਵੇਂ ਚਾਹਣ ਉਮੀਨ ਨਚੋਂਦੇ ਹਨ ਸਿਆਸਤ ਹੁਣੋਂ ਕਟਾਲੇ ਕਪੜੇ ਕਰਕੇ ਧਨ ਦੌਲਤ ਦੇ ਅੰਬਾਰ ਲਾਉਣ ਆਪਣੇ ਗੁਨਾਹਾਂ ਨੂੰ ਛਪਾਉਣ ਆਪਣੇ ਵਿਰੋਧੀਆਂ ਨੂੰ ਕੁਚਲਣ ਇਨਸਾਫ ਦਾ ਗਲਾ ਕੁੱਟ ਸੱਚ ਦੀ ਆਵਾਜ਼ ਦਬਾਉਣ ਦਾ ਧੰਦਾ ਬਣ ਗਈ ਹੈ ਸਿਆਸਤ ਹੁਣੋਂ ਦੇਸ਼ ਦੇ ਨਵ ਨਿਰਮਾਨ ਇਸ ਦੀ ਸ਼ਾਨ ਸਵੈ ਮਾਨ ਤੇ ਲੋਕ ਸੇਵਾ ਲਈ ਆਪਣੇ ਸੁਖ ਕੁਰਬਾਨ ਕਰਨ ਵਾਸਤੇ ਨਹੀਂ ਰਹੀ ਇਹ ਤਾਂ ਵੋਟਾਂ ਕੁਰਸੀ ਰਾਜ ਸੱਤਾ ਲਈ ਲੋਕਾਂ ਨੂੰ ਧਰਮ ਜਾਤ ਇਲਾਕੇ ਬੋਲੀ ਦੇ ਨਾਂ ਤੇ ਨੋਟਾਂ ਨਸ਼ਿਆਂ ਦੇ ਸਹਾਰੇ ਵੰਡਣ ਵਾਲੀ ਕਿ ਨੌਣੀ ਖੇਡ ਬਣ ਗਈ ਹੈ ਦੁਸ਼ਤ ਕਮੀਨੀ ਸਿਆਸਤ ਕੁਸਫੈਕਟ ਕਰ ਚੁੱਕੀ ਹੈ ਧਾਰਮਿਕ ਸਥਾਨਾਂ ਵਿੱਚ ਵੀ ਗੱਦੀਆਂ ਤੇ ਬਿਰਾਜਮਾਨ ਸਿਆਸਤਦਾਨ ਜਿਹੋ ਜੀ ਚਾਹਣ ਉਹੋ ਜੀ ਬੋਲੀ ਵਿਕੇ ਧਾਰਮਿਕ ਆਗੂ ਬੋਲਦੇ ਹਨ ਡਾਕੂ ਕਾਤਲ ਲੁੱਟੇਰੇ ਵਿਪਚਾਰੀ ਇਕ ਦੂਜੇ ਦਾ ਸਾਥ ਨਹੀਂ ਦੇਣਗੇ ਤਾਂ ਹੋਰ ਕੌਣ ਦੇਵੇਗਾ ਗਾਂਧੀ ਅੰਬੇਦਕਰ ਜੈ ਪ੍ਰਕਾਸ਼ ਨਾਰਾਇਣ ਤੇ ਸ਼ਾਸਤਰੀ ਦੇ ਆਦਰਸ਼ ਸਿਆਸਤ ਚੋਂ ਕਦ ਦੇ ਖਾਰਜ ਹੋ ਚੁੱਕੇ ਹਨ ਅੱਜ ਦੇ ਮੱਕਾਰ ਸ਼ਾਤਰ ਸਿਆਸਤਦਾਨ ਤੱਕੇ ਸਾਹੀ ਬੇਈਮਾਨੀ ਨਾਲ ਹਰ ਹਿੱਲੇ ਰਾਜ ਸੱਤਾ ਪ੍ਰਾਪਤ ਕਰ ਭਗਤ ਤੇ ਉਦਮ ਸਿੰਘ ਦੇ ਸੁਪਨਿਆਂ ਨੂੰ ਫਾਂਸੀ ਦੇ ਰਹੀ ਹਨ ਅਜੋਕੀ ਰਤ ਪੀਣੀ ਸਿਆਸਤ ਨੇ ਲੋਕਤੰਤਰ ਨੂੰ ਲੰਗੜਾ ਲੂਲਾ ਅੰਨਾ ਬੂਲਾ ਤੇ ਅਪਾਹਜ ਕਰ ਦਿੱਤਾ ਹੈ ਇਹ ਜੋ ਬਲਦੇ ਚਿਰਾਗਾ ਨੂੰ ਇੱਕ ਇੱਕ ਕਰਕੇ ਬੁਝਾ ਰਹੀ ਹੈ ਇਹ ਨਹੀਂ ਜਾਣਦੀ ਕਿ ਧਰਤੀ ਦੀ ਕੁੱਖ ਤੋਂ ਅਨੇਕ ਸੂਰਜ ਉਦੇ ਹੋਣ ਵਾਲੇ ਹਨ ਤੇ ਇਸ ਤੇ ਅੰਧਕਾਰ ਦਾ ਰਾਜ ਛੇਤੀ ਹੀ ਖਤਮ ਹੋਣ ਵਾਲਾ ਹੈ ਤੇ ਇਸ ਤੇ ਅੰਧਕਾਰ ਦਾ ਰਾਜ ਛੇਤੀ ਹੀ ਖਤਮ ਹੋਣ ਵਾਲਾ ਹੈ ਤੁਨਵਾ